ਹਾਜ਼ਰੀਆਂ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਗੱਲ ਇਹ ਆ ਜੀ ਕਿ ਵੀ ਅੱਜ ਹੋ ਸਕਦਾ ਕਿ ਮੈਂ ਵੀ ਤੁਹਾਨੂੰ ਸਟੂਡੀਓ ਤੋਂ ਬਾਹਰ ਬੈਠਾ ਨਜ਼ਰ ਆਵਾਂ। ਤੇ ਜੇ ਆਪਾਂ ਗੱਲ ਕਰੀਏ ਪਰਮਵੀਰ ਸਿੰਘ ਬਾਠ ਹੋਰਾਂ ਦੀ, ਉਹ ਬੰਦਾ ਤੇ ਕੱਲ੍ਹ ਦਾ ਹੀ ਦੱਸ ਗਿਆ ਵੀ ਮੇਰੀ ਹੁਣ ਉਡੀਕ ਨਾ ਰੱਖਿਓ ਵੀਰ ਮੇਰੇ, ਮੈਂ ਜਹਾਜ਼ ਦਾ ਪਾਸ ਬਣਾ ਲਿਆ ਤੇ ਮੈਂ ਚੜ ਚੱਲਿਆ। ਸੋ ਕੱਲ੍ਹ ਦਾ ਬੰਦਾ ਬੱਦਲਾਂ ਨੂੰ ਚੀਰਦਾ ਹੋਰ ਕਿਸੇ ਮੁਲਕ ਜਾ ਬੈਠਾ। ਹੁਣ ਕਿਹੜੇ ਮੁਲਕ ਕਿੱਥੇ ਕਿਹੜੇ ਹਾਲਾਤਾਂ 'ਚ ਆ ਉਹਨਾਂ ਦਾ ਪਤਾ ਪਹਿਲਾਂ ਕਰ ਲੈਂਦੇ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਅਤੇ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਪੌਣੇ ਇੱਕ ਦੋ ਦਿਨ ਹੋ ਗਏ ਵਿੱਚੇ, ਇੱਕ ਰਾਤ ਲੰਘ ਗਈ ਅਤੇ ਸੌਂ ਸੂੰ ਤਾਂ ਅਜੇ ਹੋਇਆ ਨਹੀਂ, ਪਰ ਪਹਿਲੀ ਵਾਰ ਸਪੇਨ ਦੀ ਧਰਤੀ ਦੇ ਉੱਤੇ ਭਾਈ ਆਏ ਹਾਂ ਮਿੱਤਰ ਨਾਲ ਨੇ। ਓਲੰਪਿਕ ਖੇਡਾਂ ਜਿਹੜੀਆਂ ਕਵਰ ਕਰਨ ਦੇ ਲਈ 2 ਦਿਨ ਦੇ ਵਿੱਚ ਜਿਹੜਾ ਉਹ ਚਲੇ ਜਾਣਾ। ਪਰ ਸੰਧਾਲੀਆ ਸਾਹਿਬ, ਇੱਦਾਂ ਹੈਗਾ, ਪੰਜਾਬੀਆਂ ਨੇ ਲਹਿਰਾਂ ਬਹਿਰਾਂ ਜ਼ਰੂਰ ਲਾਈਆਂ, ਮਿਹਨਤੀ ਬੰਦੇ ਆ ਬਈ, ਯੂਰਪ ਦੇ ਵਿੱਚ ਵੀ ਆਣ ਕੇ ਪੈਰ ਲਾਉਣੇ ਇਹਨਾਂ ਮੁਲਕਾਂ ਦੇ ਵਿੱਚ ਸੁਖਾਲੀ ਗੱਲ ਤਾਂ ਹੈ ਨਹੀਂ, ਪਰ ਹੈ ਕੰਮ ਕਮਾਲ ਦਾ ਜੀ। ਪ੍ਰਾਈਮ ਏਸ਼ੀਆ ਟੀਵੀ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਆ, ਕਈ ਮਿਲ ਗਏ, ਕਈਆਂ ਨੇ ਸੁਨੇਹੇ ਦੇ ਦਿੱਤੇ, ਕਈਆਂ ਨੂੰ ਆਉਣ ਵਾਲੇ 3 ਦਿਨ 'ਚ ਸਪੇਨ 'ਚ ਆਪਾਂ ਮਿਲ ਲੈਣਾ। ਮਤਲਬ ਕੁੱਲ ਮਿਲਾ ਕੇ ਸਪੇਨ ਦੀ ਧਰਤੀ 'ਤੇ ਇਸ ਵਕਤ ਤੁਸੀਂ ਬੈਠੇ ਹਾਂ। ਅਤੇ ਜੇ ਆਪਾਂ ਵੇਖੋ ਗੱਲ ਆ, ਦੁਨੀਆ ਜਿੱਥੇ ਮਰਜ਼ੀ ਭ੍ਰਮਣ ਕਰਦੇ ਰਹੀਏ, ਘੁੰਮ ਘੁੰਮਾ ਕੇ ਉਹ ਜਿਹੜਾ ਪਿੰਡ ਆ ਪੰਜਾਬ ਆ ਉਹ ਤਾਂ ਵਿੱਚੋਂ ਨਿਕਲਦਾ ਨਹੀਂ, ਅਤੇ ਉੱਥੇ ਜੋ ਕੁਛ ਘਟਦਾ ਵਾਪਰਦਾ ਉਹਦੀ ਫਿਰ ਨਾਲ ਦੀ ਨਾਲ ਫਿਕਰ ਵੀ ਕਰਨੀ ਪੈਂਦੀ ਆ। ਅੱਜ ਵੀ ਮੈਨੂੰ ਇਹ ਸੀ, ਜੇ ਖਬਰਾਂ ਵਾਲੇ ਪਾਸੇ ਆਪਾਂ ਤੁਰ ਪਈਏ ਜਾਂ ਕੋਈ ਰਾਹ ਖੇੜੇ ਦੀ ਕੋਈ ਗੱਲ ਕਿਸੇ ਵੇਲੇ ਤੁਸੀਂ ਸੁਣਾਉਣੀ ਹੁੰਦੀ ਸ਼ੁਰੂ 'ਚ, ਮੈਂ ਉਹ ਵੀ ਪੁੱਛ ਲਈਏ। ਸੰਧਾਲੀਆ ਸਾਹਿਬ, ਸੁਣਾਉਣੀ ਹੈ ਉਹਨੂੰ, ਸੁਣਾਉਣ ਤੋਂ ਬਿਨਾਂ ਤਾਂ ਗੱਲ ਜਿਹੜੀ ਆ ਉਹ ਅਗਲੇ ਪਾਸੇ ਨੂੰ ਤੁਰਨੀ ਨਹੀਂ ਨਾ, ਫਿਰ ਸੂਤ ਹੀ ਨਹੀਂ ਆਉਣਾ ਕੰਮ। ਦੇਖੋ ਪਹਿਲੀ ਗੱਲ ਜਿਹੜੀ ਮੇਰੇ ਮਨ ਦੇ ਵਿੱਚ ਇਸ ਵੇਲੇ ਆ ਰਹੀ ਹੈ ਉਹ ਇਹ ਆ ਕਿ ਓਲੰਪਿਕ ਖੇਡਾਂ ਹੋ ਗਈਆਂ ਸ਼ੁਰੂ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ, ਪਰ ਪਹਿਲੇ ਦਿਨ ਜਿਹੜੀ ਖਬਰ ਇਹ ਆਈ ਕਿ ਜਿੱਥੇ ਉਦਘਾਟਨੀ ਸਮਾਗਮ ਹੋਇਆ ਵਧੀਆ ਰੰਗਾਰੰਗ ਢੰਗ ਦੇ ਨਾਲ, ਫਰਾਂਸ ਵਾਲਿਆਂ ਨੇ ਕਸਰ ਕੋਈ ਨਹੀਂ ਛੱਡੀ, ਉੱਥੇ ਫਰਾਂਸ ਦੇ ਰੇਲਵੇ ਨੈੱਟਵਰਕ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ। ਹੁਣ ਮੈਂ ਇੱਕ ਗੱਲ ਸੋਚਦਾ ਸੀ, ਜਿੱਥੇ 205-6 ਦੇਸ਼ਾਂ ਦੇ ਖਿਡਾਰੀ ਆਏ ਆ, 10,500 ਖਿਡਾਰੀਆਂ ਦੀ ਗਿਣਤੀ ਹੈ, ਇੰਨੀ ਵੱਡੀ ਗਿਣਤੀ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਵੱਖ ਵੱਖ ਮੁਲਕਾਂ ਤੋਂ ਲੋਕ ਆਏ ਆ, ਅਤੇ ਖੇਡਾਂ ਤਾਂ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਹੁੰਦੀਆਂ, ਕਬੂਤਰ ਛੱਡਦੇ ਹੁੰਦੇ ਇਸੇ ਕਰਕੇ ਚਿੱਟੇ ਰੰਗ ਦੇ, ਅਤੇ ਉਸ ਮੌਕੇ ਦੇ ਉੱਤੇ ਵੀ ਜੇ ਅਸੀਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦਾ ਮਤਲਬ ਹੈ ਕਿ ਭਾਈ ਸੰਭਲ ਕੇ ਰਹਿਣ ਦੀ ਲੋੜ ਹੈ। ਜਿਹੜੇ ਅਮਨ ਪਸੰਦ ਲੋਕ ਨੇ, ਅਮਨ ਪਸੰਦ ਸ਼ਹਿਰੀ ਨੇ, ਉਹਨਾਂ ਨੂੰ ਚੁੱਪ ਕਰਕੇ ਘਰੇ ਨਹੀਂ ਬਹਿਣਾ ਚਾਹੀਦਾ, ਇਕਮੁੱਠ ਹੋਣਾ ਚਾਹੀਦਾ, ਕਿਉਂਕਿ ਜੇ ਏਡੇ ਵੱਡੇ ਖੇਡ ਸਮਾਗਮ ਦੇ ਮੌਕੇ ਦੇ ਉੱਤੇ ਵੀ ਜਿਹੜੇ ਮਨ ਦੇ ਵਿੱਚ ਥੋੜ੍ਹੇ ਜਿਹਾ ਚੂਰ ਰੱਖਣ ਵਾਲੇ ਲੋਕ ਨੇ, ਸਮਾਜ ਵਿਰੋਧੀ ਅਨਸਰ ਨੇ, ਜੋ ਇੱਦਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਫਿਰ ਸਤਰਕ ਰਹੀਏ ਭਾਈ, ਅੱਖਾਂ ਉੱਖਾਂ ਖੋਲ੍ਹ ਕੇ ਰੱਖੀਏ ਜਿੱਥੇ ਵੀ ਬੈਠੇ। ਵੈਸੇ ਵਾਰ ਸਾਹਿਬ, ਮੈਂ ਬਹੁਤ ਘੱਟ ਇਹ ਗੱਲ ਕਰਦਾ ਨਾ, ਪਰ ਚਲੋ ਕਈ ਵਾਰ ਆਪਾਂ ਸੁਣੀ ਗਿਣੀ ਤੇ ਹੋਈ ਹੈ। ਕਈ ਵਾਰ ਕਹਿੰਦੇ ਨਾ ਵੀ ਇਹ ਕਲਯੁੱਗ ਚੱਲਦਾ ਜੀ, ਇਹ ਤਾਂ ਹੁਣ ਦੇਖਿਓ ਦਿਨੋਂ ਦਿਨ ਪਤਾ ਨਹੀਂ ਕੀ ਹੋਈ ਜਾਣਾ। ਮੈਨੂੰ ਨਹੀਂ ਪਤਾ ਕਲਯੁੱਗ ਕਦੋਂ ਸ਼ੁਰੂ ਹੋਇਆ, ਕਦੋਂ ਮੁੱਕਣਾ, ਕਦੋਂ ਨਹੀਂ, ਪਰ ਮੈਨੂੰ ਜਾਪਦਾ ਵੀ ਜਿਹੜੀ ਅੱਜ ਕੱਲ੍ਹ ਤੇਜ਼ੀ ਹੈ ਨਾ ਹਰੇਕ ਬੰਦੇ ਦੇ ਅੰਦਰ ਵੜ ਗਈ, ਉਹ ਵੀ ਇੱਕ ਤਰ੍ਹਾਂ ਦਾ ਕਲਯੁੱਗ ਹੀ ਆ, ਉਹਨੂੰ ਭਾਵੇਂ ਤੁਸੀਂ ਸ਼ੈਤਾਨ ਕਹਿ ਲਓ, ਜੋ ਮਰਜ਼ੀ ਕਹਿ ਲਓ। ਹੁਣ ਜਦੋਂ ਅਗਲੇ ਨੂੰ ਲੱਗਦਾ ਵੀ ਹਾਂ ਵੀ ਇੱਥੇ ਮੇਲਾ ਲੱਗਾ, ਇੱਥੇ ਦੁਨੀਆ ਨੇ ਆਉਣਾ, ਇੱਥੇ ਕੋਈ ਨਾ ਕੋਈ ਖੇਡਾਂ ਦੀ ਗੱਲ ਹੋਣੀ ਹੈ, ਤੇ ਜਿਹਦੇ ਮਨ ਦੇ ਵਿੱਚ ਕੁਛ ਨਾ ਕੁਛ ਉਹੋ ਜਿਹਾ, ਉਹ ਵੀ ਤੇ ਆਪਣਾ ਟਾਈਮ ਉੱਥੇ ਕੱਢੂਗੇ ਨਾ ਵੀ ਅੱਛਾ ਫਿਰ ਮੈਂ ਇਹਦੇ 'ਚ ਮਤਲਬ ਕਿ ਵਿਆਹ 'ਚ ਬੀਜ ਦਾ ਲੇਖਾ ਕਿੱਦਾਂ ਪਾ ਸਕਦਾ। ਉਹ ਵੀ ਇੱਕ ਮੈਨੂੰ ਲੱਗਦਾ ਵੀ ਕਾਰਨ ਆ ਜਿਹਦਾ ਕਰਕੇ ਪਹਿਲਾਂ ਤੇ ਮੰਨ ਲਓ ਇੱਦਾਂ ਸੀ ਵੀ ਜੇ ਕਿਤੇ ਖੇਡਾਂ ਹੁੰਦੀਆਂ, ਆਪਾਂ ਮੰਨ ਲਓ ਤੁਸੀਂ 30-40 ਸਾਲ ਪਿੱਛੇ ਲੈ ਜਾਂਦੇ ਆਪਾਂ, ਕਿਤੇ ਕੋਈ ਫੰਕਸ਼ਨ ਹੋਣਾ, ਅੱਜ ਜੇ ਕੋਈ ਘਟਨਾ ਵਾਪਰੀ ਜਾਂ ਕੁਛ ਹੋਇਆ, ਜੇ ਕਿਤੇ ਦੂਰ ਦਰਾਜ ਦੇ ਆਪਾਂ ਦੇਸ਼ ਦੀ ਗੱਲ ਕਰ ਦਈਏ ਤੇ ਉੱਥੇ ਜਦੋਂ ਤੱਕ ਖਬਰ ਪਹੁੰਚਣੀ ਮਿਲਣੀ, ਉਹਨੇ ਚਿਰ ਨੂੰ ਮੇਲਾ ਲੰਘ ਜਾਂਦਾ ਹੈ। ਹੁਣ ਜਦੋਂ ਪਲ ਪਲ ਅਗਲਾ ਬੰਦਾ ਜੇਬ 'ਚ ਫੋਨ ਰੱਖਿਆ ਤੇ ਕਦੀ ਐਨੂੰ ਰੀਲਾਂ ਤੇ ਕਦੀ ਉਹਨੂੰ ਨਿੱਕੇ ਨਿੱਕੇ ਸ਼ਾਰਟ ਤੇ ਕਦੀ ਵੀਡੀਓ ਤੇ ਕਦੀ ਲਾਈਵ, ਉਹ ਫਿਰ ਜਿਹੜੇ ਬੰਦੇ ਨੂੰ ਤੰਗੀ ਹੁੰਦੀ ਜਾਂ ਜਿਹੜਾ ਬੰਦਾ ਕਦੇ ਦੂਰ ਵਿਹਲਾ ਹੋਵੇ ਬੈਠਾ ਹੁੰਦਾ, ਉਹ ਕਹਿੰਦਾ ਯਾਰ ਇੱਥੇ ਵਿਹਲੇ ਕੀ ਕਰਦੇ, ਚਲੋ ਉੱਥੇ ਦੁਨੀਆ ਇੱਕ ਹੋਰ ਘੱਟੋ ਘੱਟ ਖੱਜਲ ਤੇ ਕਰੀ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਵੱਡਾ ਈਵੈਂਟ ਹੈ ਅਤੇ ਦੇਖਦੇ ਹਾਂ ਸੁੱਖ ਸਬੀਲੀ ਨਿਬੜੂਗਾ, ਇਸ ਗੱਲ ਦੀ ਆਸ ਉਮੀਦ ਪੂਰੀ ਹੈ, ਕਿਉਂਕਿ
10 10 12 12 ਸਾਲਾਂ ਤੋਂ ਖਿਡਾਰੀ ਮਿਹਨਤ ਕਰ ਰਿਹਾ ਕਿ ਓਲੰਪਿਕ ਖੇਡਣੀ ਹੈ ਅਤੇ ਓਲੰਪਿਕ ਦੇ ਵਿੱਚੋਂ ਮੈਡਲ ਜਿੱਤਣਾ ਹੈ ਸਾਰੇ ਮੁਲਕਾਂ ਦੇ। ਸੋ ਇੱਕ ਪਾਸੇ ਉਹਨਾਂ ਖਿਡਾਰੀਆਂ ਦੀ ਮਿਹਨਤ ਹੈ, ਉਹਨਾਂ ਦਾ ਬਹਾਇਆ ਪਸੀਨਾ, ਅਤੇ ਦੂਜੇ ਪਾਸੇ ਇਹ ਸ਼ਾਤਰ ਚੋਰ ਦਿਮਾਗ ਵਾਲੇ ਜਿਹੜੇ ਲੋਕ ਨੇ, ਜੇ ਬਾਬਾ ਉੱਪਰ ਬੈਠਾ ਦੇਖਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਜਿੱਤਣ ਦਏਗਾ। ਹਾਂ, ਪੰਜਾਬੀਆਂ ਦੀ ਜਿੱਤ ਹਰ ਕਾਹਦੇ ਵਿੱਚ ਹੈ, ਕਿਉਂਕਿ ਖੇਡਾਂ ਨੂੰ ਹਮੇਸ਼ਾ ਨਸ਼ੇ ਨਾਲ ਜੋੜਿਆ ਜਾਂਦਾ ਕਿ ਜੇ ਨਸ਼ਾ ਮੁਕਾਉਣਾ ਹੈ ਜਾਂ ਨਸ਼ੇ ਦੀ ਜੜ ਵੱਢਣੀ ਹੈ ਅਤੇ ਪੱਟਣੀ ਹੈ ਅਤੇ ਧਰੂ ਕੇ ਪਰੇ ਮਾਰਨੀ ਹੈ ਚੱਕ ਕੇ ਕਿ ਜਿਹਦੇ ਨਾਲ ਮੁੜ ਕੇ ਪੰਗੇਰ ਨਾ ਫੁੱਟ ਸਕੇ, ਤਾਂ ਫਿਰ ਉਹਦਾ ਤੋੜ ਖੇਡਾਂ 'ਚ ਹੈ। ਸੰਧਾਲੀਆ ਸਾਹਿਬ, ਸਾਡੀ ਲੜਾਈ ਕਿੱਥੇ ਹੈ? ਕਿਉਂਕਿ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ ਤਾਂ ਖਿਡਾਰੀ ਲੋਹਾ ਲੈਣਗੇ, ਦੌੜਨ ਵਾਲੇ ਦੌੜਨਗੇ, ਹਾਕੀ ਵਾਲੇ ਹਾਕੀ ਖੇਡਣਗੇ, ਫੁੱਟਬਾਲ ਵਾਲੇ ਫੁੱਟਬਾਲ, ਤੀਰਅੰਦਾਜ਼ੀ ਵਾਲੇ ਨਿਸ਼ਾਨਾ ਲਾਉਣਗੇ, ਤੈਰਾਕ ਜਿਹੜੇ ਹੈ ਉਹ ਛੇਤੀ ਛੇਤੀ ਤੈਰਨ ਦੀ ਕੋਸ਼ਿਸ਼ ਕਰਨਗੇ। ਲੁਧਿਆਣੇ ਤੋਂ ਇੱਕ ਵੀਡੀਓ ਆਈ ਹੈ, ਮੈਨੂੰ ਸੀ ਕਿ ਜੇ ਖੇਡਾਂ ਦੀ ਗੱਲ ਚੱਲੀਏ ਤਾਂ ਉਧਰਲੇ ਪਾਸੇ ਤੁਰੀਏ ਜ਼ਰੂਰ। ਪੰਜਾਬ ਦਾ ਸਭ ਤੋਂ ਭਖਦਾ ਮਸਲਾ, ਹੁਣ ਦੋ ਤਿੰਨ ਮੁੰਡੇ ਇਕੱਠੇ ਹੋ ਕੇ ਲੁਧਿਆਣੇ ਦੇ ਵਿੱਚ ਟੀਕਾ ਲਾਉਂਦੇ ਸੀ ਨਸ਼ੇ ਦਾ, ਘੁਰਾ ਗਿਰ ਜਾਂਦਾ ਸੀ ਤੁਹਾਡੇ ਵਰਗਾ ਬੰਦਾ ਅਤੇ ਉਹ ਵੀਡੀਓ ਬਣਾਉਣ ਲੱਗ ਪਿਆ, ਅਤੇ ਮੁੰਡੇ ਝਿਜਕੇ ਥੋੜ੍ਹੀ, ਵੀਡੀਓ ਵਾਇਰਲ ਹੈ ਸਾਰੇ ਪਾਸੇ। ਵਿਭਾਗ, ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਵੀ ਮੰਨ ਲਿਆ ਕਿ ਭਾਈ ਮੰਨ ਲਿਆ ਕਿ ਸਾਰਾ ਕੁਛ ਠੀਕ ਹੈ, ਭਾਈ ਸਾਨੂੰ ਵੀ ਪਤਾ ਲੱਗ ਗਿਆ ਵੀਡੀਓ। ਉਹ ਮੁੰਡੇ ਪਤਾ ਕੀ ਕਹਿੰਦੇ? ਉਹ ਕਹਿੰਦੇ ਦਿਹਾੜੀ ਕਰਦੇ ਹਾਂ, ਜੋ ਕੁਝ ਦਿਨ ਸਾਰਾ ਕਮਾਉਂਦੇ ਆ ਨਾ, ਸ਼ਾਮ ਨੂੰ ਨਸ਼ੇ 'ਚ ਉਡਾ ਦੇਈਦਾ। ਉਹ ਕਹਿੰਦੇ ਛੱਡਣਾ ਵੀ ਚਾਹੁੰਦੇ ਆ, ਪਰ ਇੰਨੀ ਆਸਾਨੀ ਦੇ ਨਾਲ ਨਸ਼ਾ ਮਿਲ ਰਿਹਾ, ਤੁਸੀਂ ਸਵੇਰੇ ਚਾਹੁੰਦੇ ਹੋ ਤੁਹਾਨੂੰ ਸਵੇਰੇ ਸਪਲਾਈ ਦਿੰਦੇ ਆ, ਦੁਪਹਿਰੇ ਚਾਹੁੰਦੇ ਹੋ ਦੁਪਹਿਰੇ ਸਪਲਾਈ ਦਿੰਦੇ ਆ, ਤਕਾਲਾਂ ਨੂੰ ਚਾਹੁੰਦੇ ਆ ਤਾਂ ਮਿੰਟ ਅਗਲੇ 5 ਲਾਉਂਦੇ, ਬਸ ਪੈਸੇ ਤਿਆਰ ਚਾਹੀਦੇ, ਨਸ਼ਾ ਤੁਹਾਡੇ ਕੋਲ ਅੱਪੜਦਾ। ਉਹ ਕਹਿੰਦੇ ਜੇ ਕਿਤੇ ਸਖਤੀ ਹੋ ਜਾਵੇ, ਥੋੜ੍ਹਾ ਜਿਹਾ ਸਾਨੂੰ ਔਖਾ ਮਿਲੇ, ਸਾਨੂੰ ਛਿੱਤਰ ਦਾ ਡਰ ਹੋਵੇ ਕਿ ਭਾਈ ਕਿਸੇ ਨੇ ਫੜ ਲੈਣਾ, ਤਾਂ ਫਿਰ ਸ਼ਾਇਦ ਅਸੀਂ ਵੀ ਹੌਲੀ ਹੌਲੀ ਛੱਡਣ ਦੀ ਕੋਸ਼ਿਸ਼ ਕਰੀਏ। ਹੁਣ ਤਾਂ ਜਿੱਦਾਂ ਖੰਡ ਮਿਲਦੀ ਕਹਿੰਦੇ ਉੱਦਾਂ ਮਿਲਦਾ। ਫਿਰ ਹੋਰ ਦੇਖੋ, ਉਹਨਾਂ ਨੇ ਜਿੱਥੋਂ ਨਸ਼ਾ ਲਿਆਂਦਾ ਇਲਾਕੇ ਦਾ ਵੀ ਨਾਂ ਦੱਸਿਆ, ਐਡਰੈਸ ਅਡਰੁੱਸ ਵੀ ਦੱਸੇ, ਇਹ ਵੀ ਦੱਸਿਆ ਕਿ ਭਾਈ ਕਿੰਨੇ ਰੁਪਈਏ ਦਾ ਮਿਲਦਾ ਅਤੇ ਕੌਣ ਵੇਚਦਾ। ਹੁਣ ਜਦੋਂ ਬੰਦੇ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਦੱਸਣ ਨੂੰ ਤਿਆਰ ਨੇ, ਤਾਂ ਇਹਦਾ ਮਤਲਬ ਹੈ ਕਿ ਹੁਣ ਸਾਨੂੰ ਉਡੀਕ ਨਹੀਂ ਕਰਨੀ ਚਾਹੀਦੀ। ਹੋਰ ਹੁਣ ਕਿਸੇ ਨੇ ਸਾਨੂੰ ਰਜਿਸਟਰੀ ਕਰਨੀ ਹੈ, ਹੋਰ ਕਿਸੇ ਨੇ ਸਾਨੂੰ ਕਿਤੇ ਚਿੱਠੀ ਪਾਉਣੀ ਹੈ, ਤਾਰ ਪਾਉਣੀ ਹੈ। ਹੁਣ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਨੋਟਿਸ ਦੇ ਵਿੱਚ ਹੈ, ਬੰਦੇ ਅਜੇ ਸਾਨੂੰ ਲੱਭੇ ਨਹੀਂ ਅਤੇ ਨਾ ਸਾਡੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਹੈ ਨਾ। ਹੁਣ ਇਹ ਕਹਿ ਕੇ ਪੱਲਾ ਨਹੀਂ ਛੁਡਾਇਆ ਜਾ ਸਕਦਾ, ਸਰਕਾਰ ਦੀ ਵੀ ਡਿਊਟੀ ਹੈ, ਕਿਉਂਕਿ 15 ਅਗਸਤ ਆਉਣ ਵਾਲੀ ਹੈ। ਪਿਛਲੀ 15 ਅਗਸਤ ਨੂੰ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀ ਕਿ ਭਾਈ ਸਾਲ ਦੇ ਵਿੱਚ ਵਿੱਚ ਨਸ਼ਾ ਜਿਹੜਾ ਦੂਰ ਹੋ ਜਾਊਗਾ, ਪਰ ਜੇ ਦਿਨ 20 ਤੋਂ ਵੀ ਘੱਟ ਰਹਿ ਗਏ ਆ ਅਤੇ ਅਜੇ ਤੱਕ ਵੀ ਠਾ 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 ਕਰਕੇ ਵੀਡੀਓ ਆਉਂਦੀਆਂ ਅਤੇ ਨੌਜਵਾਨ ਆਪ ਮੰਨਦੇ ਆ ਕਿ ਭਾਈ ਨਸ਼ਾ ਬਿਨਾਂ ਕਿਸੇ ਝਿਜਕ ਮਿਲ ਰਿਹਾ, ਕਿਉਂਕਿ ਪਿਛਲੇ ਦਿਨੀ ਜਿਹੜੀ MP ਅੰਮ੍ਰਿਤਪਾਲ ਸਿੰਘ ਹੋਰਾਂ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਸੀ, ਉਹ ਤਾਂ ਇੱਕ ਅਹਿਮ ਪਹਿਲੂ ਸੀ ਕਿ ਮੈਂਬਰ ਪਾਰਲੀਮੈਂਟ ਦੇ ਭਰਾ ਦੀ ਗ੍ਰਿਫਤਾਰੀ ਹੋਈ, ਪਰ ਦੂਜਾ ਪੱਖ ਇਹ ਵੀ ਆ ਨਾ ਕਿ ਉਹ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚੋਂ ਹੀ ਦਾਵਾ ਪੁਲਿਸ ਨੇ ਕੀਤਾ ਸੀ ਕਿ ਉਹ ਬੰਦਾ ਨਸ਼ਾ ਲੈ ਕੇ ਆ ਅਤੇ ਤਸਕਰ ਫੜ ਵੀ ਲਿਆ। ਇਹਦਾ ਮਤਲਬ ਹੈ ਕਿ ਲੁਧਿਆਣੇ ਦੇ ਵਿੱਚ ਨਸ਼ਾ ਵਿਕਦਾ ਅਤੇ ਮੈਂਬਰ ਜਿਹੜੇ ਹੈ ਅਸੈਂਬਲੀ ਦੇ, ਵਿਧਾਨ ਸਭਾ ਦੇ, ਉਹ ਤਾਂ ਤਕਰੀਬਨ ਸਾਰੇ ਸੱਤਾਧਾਰੀ ਧਿਰ ਦੇ ਜਿੱਤੇ ਹੋ ਆ। ਇਸ ਕਰਕੇ ਡਿਊਟੀਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮੈਨੂੰ ਲੱਗਦਾ ਕਿ ਓਲੰਪਿਕ ਦੇ ਵਿੱਚ ਮੈਡਲ ਕੌਣ ਜਿੱਤਦਾ ਹੈ, ਇਹਦਾ ਫੈਸਲਾ ਤਾਂ ਫਰਾਂਸ ਦੇ ਵਿੱਚ ਹੋਣਾ, ਕੁਝ ਫੈਸਲੇ ਸਾਨੂੰ ਪੰਜਾਬ 'ਚ ਕਰਨੇ ਪੈਣੇ ਆ। ਇਹ ਬਿਲਕੁਲ ਕਰਨੇ ਪੈਣੇ ਆ। ਦੇਖੋ, ਇੱਕ ਗੱਲ ਆਪਾਂ ਇੱਥੇ ਬੜੀ ਕਲੀਅਰ ਕਰ ਦਈਏ ਵੀ ਜੇ ਤੇ ਰਾਜਕਾਰ ਦੀ ਧਿਰ ਨੂੰ ਇਹ ਲੱਗਦਾ ਵੀ ਜਿੱਦਾਂ ਪਹਿਲਾਂ ਕੋਈ ਖਬਰਾਂ ਆਉਂਦੀਆਂ ਸੀ ਉਦਾਂ ਦੀ ਇੱਕ ਖਬਰ ਇਹ ਆ ਗਈ ਤੇ ਕੱਲ ਨੂੰ ਲੋਕਾਂ ਨੂੰ ਚੇਤਾ ਭੁੱਲ ਜਾਣਾ, ਇਹ ਬਿਲਕੁਲ ਸਹੀ ਹੈ, ਇੱਦਾਂ ਹੀ ਹੋਣਾ, ਲੋਕਾਂ ਨੂੰ ਚੇਤਾ ਭੁੱਲ ਜਾਣਾ, ਕਿਉਂਕਿ ਲੋਕਾਂ ਨੇ ਇਸ ਤੋਂ ਪਿਛਲਿਆਂ ਦਾ ਵੀ ਚੇਤਾ ਭੁਲਾ ਲਿਆ ਸੀ ਤੇ ਉਹਨਾਂ ਤੋਂ ਪਿਛਲਿਆਂ ਦਾ ਵੀ ਚੇਤਾ ਭੁਲਾ ਲਿਆ ਸੀ। ਪਰ ਬਾਅਦ ਚੋਂ ਜਿਹੜਾ ਲਿਖ ਕੇ ਰੱਖਦੇ ਨੇ ਨਾ, ਉਹਦਾ ਨਤੀਜਾ ਫਿਰ ਉਹ 17 ਚ ਵੀ ਦਿੰਦੇ ਨੇ, 22 ਚ ਵੀ ਦਿੱਤਾ ਸੀ ਤੇ ਗਾਂ ਫਿਰ 27 ਚ ਵੀ ਦੇ ਸਕਦੇ ਨੇ। ਮੈਂ ਕਿਹਾ ਵੀ ਮੈਂ ਨੋਟ ਕਰਾ ਦਿਆਂ, ਇੱਦਾਂ ਦੀਆਂ ਵੀਡੀਓਜ਼, ਇੱਦਾਂ ਦੀਆਂ ਗੱਲਾਂ, ਇਹ ਸਾਰਾ ਕੁਛ ਲੋਕ ਮਨਾਂ 'ਚ ਲਿਖਿਆ ਜਾਂਦਾ, ਉੱਕਰਿਆ ਜਾਂਦਾ। ਹੁਣ ਜਿਹੜੀ ਇਹ ਵੀਡੀਓ ਆ, ਇਹ ਕੋ ਮਤ ਸਮਝੇ ਵੀ ਉਹ ਸੱਤਾਧਾਰੀਆਂ ਨੇ ਵੇਖੀ ਦੇ ਪਾਸੇ ਰੱਖਤੀ ਜਾਂ ਪੁਲਿਸ ਪ੍ਰਸ਼ਾਸਨ ਨੇ ਵੇਖੀ ਦੇ ਪਾਸੇ ਰੱਖਤੀ, ਇਹ ਵਿਰੋਧੀਆਂ ਨੇ ਸਾਂਭ ਲੈਣੀ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਅਗਲਿਆਂ ਨੇ ਟਾਈਮ ਨਾਲ ਉਦੋਂ ਕੱਢਣੀ ਹੈ
ਆਹ ਲਓ ਜੀ ਆਹ ਜਿਹੜੇ ਬੰਦਿਆਂ ਦੇ ਹੈ ਤੇ ਸਾਰਾ ਕੋਈ ਸੋਨੇ ਦਾ ਕਰ ਦੇਣਾ, ਦੇਖ ਲਓ ਇਹਨਾਂ 5 ਸਾਲਾਂ 'ਚ ਆਹ ਕੁਛ ਸੋਨੇ ਦਾ ਹੋਇਆ। ਇਹ ਮੈਂ ਜ਼ਿਕਰ ਤਾਂ ਵਾਰ ਵਾਰ ਥੋੜ੍ਹਾ ਜਿਹਾ ਉਘੇੜ ਕੇ ਕਰ ਰਿਹਾ ਕਿ ਅਗਸਤ ਦਾ ਮਹੀਨਾ ਚੜ੍ਹ ਚੱਲਿਆ। ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਆਉਂਦੀ 15 ਅਗਸਤ ਤੱਕ ਆਪਾਂ ਨਸ਼ਾ ਮੁਕਾ ਦੇਣਾ, ਅਤੇ ਆਹ ਤੁਸੀਂ ਦਿਨ ਵੇਖ ਲਓ ਕਿੰਨੇ ਕੁ ਰਹਿ ਗਿਆ। ਅਤੇ ਉਹਦੇ ਤੋਂ ਪਹਿਲਾਂ ਜੇ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਵੀ ਪੰਜਾਬ ਵਿੱਚ ਨਸ਼ਾ ਹੈਗਾ ਜਾਂ ਪੰਜਾਬ 'ਚ ਨਸ਼ਾ ਵੇਖ ਰਿਹਾ, ਨੌਜਵਾਨ ਫਸੇ ਨੇ, ਉਹ ਛੱਡਣਾ ਵੀ ਚਾਹੁੰਦੇ ਆ ਪਰ ਛੁੱਟ ਨਹੀਂ ਰਿਹਾ, ਮਿਲ ਵੀ ਰਿਹਾ, ਹੁਣ ਕੋਈ ਐਡੀ ਕੋਈ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਸਾਇੰਸ ਲਾਉਣ ਦੀ ਲੋੜ ਆ। ਜੇ ਆਹ ਢੰਗ ਤਰੀਕਾ ਉਹ ਨੌਜਵਾਨ ਦੱਸ ਸਕਦੇ ਆ ਵੀ ਹਾਂਜੀ ਇੱਥੋਂ ਮਿਲਦਾ, ਉਹ ਤੁਹਾਨੂੰ ਦੱਸ ਦਿੰਦੇ ਹਾਂ। ਅਤੇ ਕਿੱਡੀ ਕੁ ਗੱਲਾਂ 'ਚੋਂ ਗੱਲ ਹੈ ਵੀ ਜੇ ਆਪਾਂ ਮੰਨ ਲਓ ਵੀ ਜਿਹੜੇ ਲੋਕ ਆਲਰੇਡੀ ਇਹ ਕੰਮ ਕਰਦੇ ਨੇ ਉਹਨਾਂ ਨੂੰ ਟਰੈਕ ਕਰਕੇ ਅਤੇ ਪੁਲਿਸ ਪ੍ਰਸ਼ਾਸਨ ਅਸਲ ਜਿਹੜਾ ਦੋਸ਼ੀ, ਅਸਲ ਜਿਹੜਾ ਮੁਜਰਮ ਜਾਂ ਅਸਲ ਜਿਹੜਾ ਅਸਲ 'ਚ ਜਿਹੜਾ ਤਸਕਰ ਆ ਜਿੱਥੋਂ ਸਾਰਾ ਕੁਝ ਸਪਲਾਈ ਹੁੰਦਾ ਉਹਦੀ ਜਾ ਕੇ ਸੰਘੀ ਨਾ ਪਵੇ। ਹੁਣ ਕਿਤੇ ਨਾ ਕਿਤੇ ਤਾਂ ਕੋਈ ਘੁੰਡੀ ਹੈਗੀ ਆ ਵੀ ਜਾਂ ਕੋਈ ਰੋਕਦਾ ਜਾਂ ਅਗਲਾ ਕੋਈ ਬੜਾ ਤਕੜਾ ਧਨਾੜ ਆ ਜਾਂ ਫਿਰ ਕੁਛ ਤਾਂ ਹੈ ਜਿਹਦਾ ਕਰਕੇ ਉਸ ਰਾਹੀਂ ਨਹੀਂ ਜਾਇਆ ਜਾਂਦਾ। ਹੁਣ ਇਹ ਜਿਹੜਾ ਕੁਛ ਤਾਂ ਹੈ, ਇਸੇ ਦਾ ਜਵਾਬ ਇਸ ਤੋਂ ਪਹਿਲਾਂ 2 ਗਈਆਂ ਸਰਕਾਰਾਂ ਨੂੰ ਜਾਂ ਉਹਨਾਂ ਦੇ ਲੀਡਰ ਸਾਹਿਬਾਨਾਂ ਨੂੰ ਦਿੱਤਾ ਗਿਆ ਸੀ। ਅਤੇ ਜੇ ਇਹ ਕੁਛ ਤਾਂ ਹੈ ਇਸੇ ਤਰ੍ਹਾਂ ਰਿਹਾ ਤਾਂ ਫਿਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਜਵਾਬ ਦੇਣਾ ਪਵੇ ਕਿ ਪੰਜਾਬ ਨੂੰ ਤੁਸੀਂ ਕਹਿੰਦੇ ਸੀ ਅਸੀਂ ਬਚਾਉਣਾ, ਪੰਜਾਬ ਨੂੰ ਤੁਸੀਂ ਕਹਿੰਦੇ ਸੀ ਅਸੀਂ ਬਦਲ ਦੇਣਾ, ਪੰਜਾਬ 'ਚ ਬਦਲਾਅ ਲਿਆ ਦੇਣਾ, ਸਾਰਾ ਕੁਛ ਕਰ ਦੇਣਾ, ਪਰ ਕੀ ਤੁਸੀਂ ਲਿਆ ਸਕਿਆ? ਇਹ ਬਹੁਤ ਵੱਡੀ ਗੱਲ ਆ। ਮੈਂ ਇੱਕ ਵਾਰ ਹੋਰ ਬੇਨਤੀ ਕਰਦੇ ਹਾਂ ਵੀ ਆਹ 10-15 ਦਿਨ ਲੰਘਣ ਦੀ ਦੇਰ ਹੈ, ਜਦੋਂ 15 ਅਗਸਤ ਵਾਲਾ ਇਸ ਵਾਰ ਦਾ ਭਾਸ਼ਣ ਮੁੱਖ ਮੰਤਰੀ ਸਾਹਿਬ ਨੇ ਜਦੋਂ ਉੱਥੇ ਦਿੱਤਾ ਜਾਂ ਪੜ੍ਹਿਆ, ਜੇ ਤਾਂ ਉਹਨਾਂ ਨੇ ਆਪਣੇ ਪਿਛਲੇ ਭਾਸ਼ਣ ਦੀ ਉੱਥੇ ਗੱਲ ਕੀਤੀ ਅਤੇ ਉਸ ਤੋਂ ਬਾਅਦ ਕੋਈ ਨਵੀਂ ਅਪਡੇਟ ਦਿੱਤੀ ਕਿ ਜੀ 1 ਸਾਲ ਦੇ ਵਿੱਚ ਅਸੀਂ ਇੰਨੇ ਲੋਕ ਅੰਦਰ ਕਰਤੇ ਜੀ, ਆਹ ਰੋਕਤਾ ਜੀ, ਆਹ ਰੋਕਤਾ ਜੀ, ਇੱਥੇ ਬ੍ਰੇਕਾਂ ਲਾਤੀਆਂ, ਫਿਰ ਹੋ ਸਕਦਾ ਕਿ ਵੀ ਲੋਕਾਂ ਨੂੰ ਥੋੜ੍ਹਾ ਜਿਹਾ ਲੱਗੇ ਵੀ ਹਾਂਜੀ 1 ਸਾਲ ਦੇ ਵਿੱਚ ਕੁਛ ਨਾ ਕੁਛ ਕੀਤਾ। ਪਰ ਜੇ ਇਹ ਸਾਰੇ ਕੁਛ ਦਾ ਜ਼ਿਕਰ ਨਾ ਹੋਇਆ, ਨਸ਼ਾ ਜਿਹੜਾ ਆਲਰੇਡੀ ਉਹਦੀਆਂ ਖਬਰਾਂ ਜਿੱਦਾਂ ਆਪਾਂ ਹਰ ਹਰੇਕ ਜਿੱਦਾਂ ਜਿੱਦਣ ਵੇਖਦੇ ਹਾਂ ਉਹ ਉਸੇ ਤਰ੍ਹਾਂ ਆਉਂਦੀਆਂ ਰਹੀਆਂ, ਅਤੇ ਫਿਰ ਇਹ ਮੁੱਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਵੀ ਸਕਦਾ। ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਵਿਰੋਧੀਆਂ ਨੇ ਤਾਂ ਰੌਲਾ ਪਾਇਆ ਹੀ ਪਾਇਆ ਸੀਗਾ। ਜਿਹੜੇ ਰਾਜਪਾਲ ਸਾਹਿਬ ਨੇ ਪੰਜਾਬ ਦੇ, ਉਹ ਵੀ ਜਦੋਂ ਗੇੜਾ ਮਾਰਦੇ ਨੇ ਤਾਂ ਵੀ ਸਰਹੱਦੀ ਖੇਤਰਾਂ ਵਾਲੇ ਪਾਸਿਓਂ ਆਣ ਕੇ ਜ਼ਿਕਰ ਇਸੇ ਚੀਜ਼ ਦਾ ਕਰਦੇ ਆ। ਸੰਧਾਲੀਆ ਸਾਹਿਬ, ਨਸ਼ੇ ਦੇ ਕੇਸ ਤੋਂ ਬਾਅਦ ਅਗਲੇ ਪਾਸੇ ਨੂੰ ਤੁਰੀਏ। ਸਮਝ ਨਹੀਂ ਆਉਂਦੀ ਹੁੰਦੀ ਕਿ ਸਰਕਾਰਾਂ ਦੇ ਕੋਲ ਸੋਚਣ ਦੀ ਤਰਕੀਬ ਕੀ ਹੈ, ਉਹਨਾਂ ਦੇ ਕੋਲ ਫਾਰਮੂਲਾ ਕਿਹੜਾ ਹੈ, ਫਾਰਮੂਲਾ ਬਦਲਣ ਦੀ ਲੋੜ ਹੈ। ਚਰਚਾ ਬੜੀ ਚੱਲੀ ਸੀ ਜਦੋਂ ਸਾਡੇ ਕਿਸਾਨ ਪੰਜਾਬ ਦੇ ਹਰਿਆਣੇ ਨੂੰ ਗਏ ਨਾ ਕਿ ਦਿੱਲੀ ਜਾਣਾ ਹੈ, ਸ਼ੰਭੂ ਰੋਕ ਲੈ। ਹਰਿਆਣੇ ਵਾਲੇ ਕਿਸਾਨ ਉਡੀਕਦੇ ਸੀ ਕਿ ਪੰਜਾਬ ਵਾਲੇ ਆਉਣ, ਅਸੀਂ ਨਾਲ ਚੱਲਣਾ ਹੈ। ਉਹ ਜਦੋਂ ਰੋਕੇ ਸੀ ਖਨੌਰੀ ਵਾਲੇ ਪਾਸੇ ਵੀ ਰੋਕ ਲਏ, 5.5 ਮਹੀਨੇ ਹੋ ਗਏ। ਉਦੋਂ ਕਈ ਵਾਰ ਗੋਲੀ ਚੱਲੀ ਸੀ ਹਰਿਆਣੇ ਵਾਲੇ ਪਾਸਿਓਂ, ਸ਼ੁਭ ਕਰਨ ਦੀ ਮੌਤ ਹੋਈ ਸੀ ਪੰਜਾਬ ਦੇ ਨੌਜਵਾਨ ਦੀ, ਜਿਹਦੇ ਘਰੇ ਮੁੱਖ ਮੰਤਰੀ ਸਾਹਿਬ ਚੈੱਕ ਦੇ ਕੇ ਆਏ ਸੀ 1 ਕਰੋੜ ਦਾ, ਅਤੇ ਉਹਦੀ ਭੈਣ ਨੂੰ ਨੌਕਰੀ ਦਾ ਜਿਹੜਾ ਨਿਯੁਕਤੀ ਪੱਤਰ ਵੀ। ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਦੇਖੋ ਹਰਿਆਣੇ ਦੇ ਕੁਝ ਇੱਕ ਪੁਲਿਸ ਅਫਸਰਾਂ ਨੂੰ ਬਹਾਦਰੀ ਪੁਰਸਕਾਰ, ਵੀਰਤਾ ਪੁਰਸਕਾਰ, ਬਹੁਤ ਬਹਾਦਰੀ ਦਿਖਾਈ ਜੀ ਇਹਨਾਂ ਨੇ, ਉਹਦੀ ਸਿਫਾਰਿਸ਼ ਕੀਤੀ ਹਰਿਆਣਾ ਪੁਲਿਸ ਦੇ DGP ਸਾਹਿਬ ਨੇ। ਕਰਦੀਆਂ ਨੇ ਸਾਰੀਆਂ ਸੂਬਾ ਸਰਕਾਰਾਂ ਕਿ ਸਾਡੇ ਅਫਸਰ ਬਿਹਤਰੀਨ ਕੰਮ ਕਰਦੇ ਆ, ਬੜੇ ਬਹਾਦਰ ਨੇ, ਇਹਨਾਂ ਨਾਜ਼ੁਕ ਮੌਕੇ ਦੇ ਉੱਤੇ ਸਥਿਤੀ ਸੰਭਾਲੀ। ਪਰ ਸਾਡੀ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਪਹਿਲਾਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਅਤੇ ਉਹਨਾਂ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਬੀਬੀ ਦ੍ਰੋਪਦੀ ਮੁਰਮੂ ਨੂੰ। ਸੰਵੇਦਨਸ਼ੀਲਤਾ ਦੇਖੋ ਤੁਸੀਂ ਜਾਂ ਸੰਵੇਦਨਹੀਣਤਾ ਦੇਖੋ। ਪ੍ਰਤਾਪ ਸਿੰਘ ਬਾਜਵਾ ਸਾਹਿਬ ਆਪਣੀ ਚਿੱਠੀ 'ਚ ਕੀ ਲਿਖਦੇ ਆ, ਉਹ ਕਹਿੰਦੇ ਮਾਣਯੋਗ ਰਾਸ਼ਟਰਪਤੀ ਜੀ, ਤੁਰੰਤ ਫੌਰੀ ਤੌਰ ਦੇ ਉੱਤੇ ਹਰਿਆਣੇ ਦੇ DGP ਨੂੰ ਹੁਕਮ ਦਿਓ ਕਿ ਆਹ ਜਿਹੜੇ 6 ਪੁਲਿਸ ਵਾਲੇ ਆ ਨਾ ਜਿਹਨਾਂ ਨੂੰ ਬਹਾਦਰੀ ਪੁਰਸਕਾਰ ਦੇਣ ਦੀ ਸਿਫਾਰਿਸ਼ ਕੀਤੀ, ਸਿਫਾਰਿਸ਼ ਰੱਦ ਕਰਨ। ਉਹ ਕਹਿੰਦੇ ਸਿਫਾਰਿਸ਼ ਕਾਹਦੇ ਲਈ ਕੀਤੀ ਹੈ ਕਿ ਜਦੋਂ ਪੰਜਾਬ ਦੇ ਕਿਸਾਨ
ਦਿੱਲੀ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕਣ ਦੇ ਵਿੱਚ ਇਹਨਾਂ ਨੇ ਬੜੀ ਵੀਰਤਾ ਦਿਖਾਈ, ਬੜੀ ਬਹਾਦਰੀ ਦਿਖਾਈ। ਅਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ, ਕਰਤਾਰ ਸਿੰਘ ਸੰਧਵਾ ਸਾਹਿਬ ਨੇ ਵੀ, ਪੰਜਾਬ ਦੇ ਕਈ ਹੋਰ ਨੇਤਾਵਾਂ ਨੇ, ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ, ਉਹਨਾਂ ਨੇ ਆਖੀ ਗੱਲ। ਉਹ ਕਹਿੰਦੇ ਜੀ ਦੇਖੋ ਸਾਡੇ ਦੇਸ਼ ਦੇ ਆਪਣੇ ਕਿਸਾਨ ਕਿਤੇ ਵੀ ਜਾ ਕੇ ਪ੍ਰਦਰਸ਼ਨ ਕਰ ਸਕਦੇ ਆ, ਵਿਰੋਧ ਪ੍ਰਗਟ ਕਰ ਸਕਦੇ ਆ, ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ। ਅਤੇ ਜਿਹੜੇ ਪੁਲਿਸ ਵਾਲਿਆਂ ਨੇ ਕਹਿੰਦੇ ਸੰਵਿਧਾਨਕ ਹੱਕ ਖੋਹ ਲਿਆ, ਦੇਸ਼ ਦੇ ਨਾਗਰਿਕ ਕਿਸਾਨ ਜਿਹੜੇ ਸ਼ਾਂਤੀਪੂਰਵਕ ਅੱਗੇ ਜਾ ਰਹੇ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾਤੀਆਂ, ਤਾਂ ਜੇ ਹੁਣ ਉਹ ਦੇਸ਼ ਦੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਬਹਾਦਰੀ ਪੁਰਸਕਾਰ ਦੀ ਤੁਸੀਂ ਸਿਫਾਰਿਸ਼ ਕਰਨੀ ਆ ਅਤੇ ਉਹਨਾਂ ਨੂੰ ਉਹ ਪੁਰਸਕਾਰ ਦੇਣੇ ਆ, ਅਵਾਰਡ ਦੇਣੇ ਆ, ਉਹ ਕਹਿੰਦੇ ਜੀ ਇਹਦੇ ਤੋਂ ਮਾੜੀ ਗੱਲ ਨਹੀਂ ਹੋਣੀ, ਕਿਸਾਨਾਂ ਦਾ ਮਨੋਬਲ ਡਿੱਗੂਗਾ, ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਇਹ ਸਿਫਾਰਿਸ਼ਾਂ ਰੱਦ ਕਰੋ। ਅਤੇ ਨਾਲ ਜਾਂਚ ਦੇ ਉੱਤੇ ਸਵਾਲ ਚੱਕ ਦਿੱਤੇ, ਉਹ ਕਹਿੰਦੇ ਜਿਹੜੀ ਸਰਕਾਰ, ਜਿਹੜੀ ਪੁਲਿਸ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਅਵਾਰਡ ਦੇਣ ਦੀ ਸਿਫਾਰਿਸ਼ ਕਰਦੀ ਹੈ, ਉਹਨਾਂ ਦੀ ਜਾਂਚ ਦੇ ਉੱਤੇ ਕਿ ਉਹ ਜਾਂਚ ਕਰਨਗੇ ਕਿ ਗੋਲੀ ਕਿਹਨੇ ਚਲਾਈ, ਮੁੰਡਾ ਕਿਵੇਂ ਮਰਿਆ, ਕਿਸਾਨ ਸ਼ੁਭ ਕਰਨ ਬਾਕੀ ਜ਼ਖਮੀ ਕਿਵੇਂ ਹੋਏ, ਉਹਨਾਂ ਦੀ ਜਾਂਚ ਦੇ ਉੱਤੇ ਤਾਂ ਕਹਿੰਦੇ ਆਪਣੇ ਆਪ ਉਂਗਲਾਂ ਉੱਠਣੀਆਂ ਹੀ ਆ। ਦੇਖੋ ਇੱਕ ਗੱਲ ਹੈ ਵਾਰ ਸਾਹਿਬ ਕਿ ਵੀ ਇਹ ਜਿਹੜੀ ਗੱਲ ਤੇ ਆ ਬਹਾਦਰੀ ਪੁਰਸਕਾਰ ਦੀ, ਜਿਸ ਐਂਗਲ ਤੋਂ ਜਾਂ ਜਿਸ ਪਾਸੇ ਖਲੋ ਕੇ ਆਪਾਂ ਜਾਂ ਪੰਜਾਬ ਦੇ ਲੀਡਰ ਸਾਹਿਬਾਨ ਜਾਂ ਦੁਨੀਆਂ ਭਰ ਦੇ ਵਿੱਚ ਕਿਸਾਨ ਹਮਾਇਤੀ ਦੇਖਦੇ ਹਨ, ਉਹਨਾਂ ਨੂੰ ਇਹ ਚੀਜ਼ ਬਿਲਕੁਲ ਗਲਤ ਲੱਗਣੀ। ਉਹਨਾਂ ਨੂੰ ਬਿਲਕੁਲ ਇਹ ਲੱਗਣਾ ਵੀ ਯਾਰ ਆਪਣੇ ਹੀ ਬੰਦਿਆਂ ਦੇ ਉੱਪਰ ਕੁੱਟਮਾਰ ਕਰਕੇ ਪਾਣੀ ਦੀਆਂ ਵਾਛੜਾਂ ਵਿਛਾੜਾਂ ਅਤੇ ਹੋਰ ਕਈ ਕੁਛ ਕਰਨ ਵਾਲੇ ਬੰਦੇ ਬਹਾਦਰ ਕਿੱਦਾਂ ਹੋ ਸਕਦੇ ਯਾਰ? ਤੁਸੀਂ ਕਮਾਲ ਕਰੀ ਜਾਂਦੇ ਕਿ ਵੀ ਜੇ ਆਪਾਂ ਪੰਜਾਬ ਨੂੰ ਅੱਡੋ ਅੱਡ ਨਾ ਕਰੀਏ, ਪੰਜਾਬ ਨੂੰ ਇਕੱਠਾ ਹੀ ਕਰ ਲਈਏ, ਮੰਨ ਲਓ ਦਿੱਲੀ ਤੱਕ ਪੰਜਾਬ ਲੱਗਦਾ ਹੋਵੇ, ਅਤੇ ਉਹ ਬੰਦੇ ਉਹੀ ਘਰ ਘੁੱਗ ਵੱਸਦੇ, ਉਹਨਾਂ ਹੀ ਘਰਾਂ ਦੇ ਵਿੱਚੋਂ ਨੌਕਰੀਆਂ ਕਰਦੇ ਜਿਹੜੇ ਬੰਦੇ ਨੇ, ਉਹ ਆਪ ਹੋ ਸਕਦਾ ਵੀ ਕਈਆਂ ਦੇ ਨਾਂ 'ਤੇ ਜ਼ਮੀਨ ਹੀ ਹੋਵੇ, ਕਈਆਂ ਦਾ ਕੰਮ ਜੇ ਅੱਧਾ ਵਿੱਚ ਅੱਧਾ ਖੇਤੀਬਾੜੀ ਵਾਲਾ ਹੋਵੇ, ਅਤੇ ਉਸੇ ਖੇਤੀਬਾੜੀ ਦੇ ਲਈ ਮੰਗਾਂ ਨੂੰ ਆਪਣੀਆਂ ਨੂੰ ਮਨਵਾਉਣ ਦੇ ਲਈ ਤੁਰੇ ਲੋਕਾਂ ਦੇ ਉੱਪਰ, ਉਹਨਾਂ ਦੇ ਟੱਬਰ 'ਚੋਂ ਕੋਈ ਨਾ ਕੋਈ ਜੀ ਜਿਹੜਾ ਉਹ ਇੱਦਾਂ ਅੱਤਿਆਚਾਰ ਕਰੇ ਅਤੇ ਉਹ ਆਖਣ ਵੀ ਉਹ ਬੱਲੇ ਬੱਲੇ ਵੀ ਇਹ ਤਾਂ ਬਹਾਦਰੀ ਬੜਾ। ਦੇਖੋ ਇਹ ਗੱਲ ਬਿਲਕੁਲ ਗਲਤ ਲੱਗਦੀ ਕਿਉਂਕਿ ਆਪਾਂ ਇਹਨੂੰ ਇਸ ਪਾਸੇ ਤੋਂ ਖੜ ਕੇ ਦੇਖਦੇ ਹਾਂ। ਮੈਨੂੰ ਇਹ ਜਾਪਦਾ ਕਿ ਜਦੋਂ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਫੌਜ ਦੀ ਗੱਲ ਕਰ ਲਓ, ਮਤਲਬ ਜਿਹੜੇ ਵੀ ਇਸ ਤਰ੍ਹਾਂ ਦੀਆਂ ਫੋਰਸਿਸ ਦੇ ਵਿੱਚ ਲੋਕ ਹੁੰਦੇ ਨੇ, ਉਹਨਾਂ ਦੇ ਲਈ ਜਿਹੜਾ ਪਿੱਛੋਂ ਆਇਆ ਹੁਕਮ ਹੈ ਉਹ ਪਹਿਲਾਂ ਆਉਂਦਾ, ਉਹਨਾਂ ਨੂੰ ਉਹ ਹੁਕਮ ਮੰਨਣਾ ਪੈਂਦਾ, ਉਹ ਹੁਕਮ ਵਜਾਉਣਾ ਪੈਂਦਾ, ਭਾਵੇਂ ਉਹ ਜਿਹਦੇ ਮਰਜ਼ੀ ਖਿਲਾਫ ਹੋਵੇ। ਹੁਣ ਮੈਨੂੰ ਲੱਗਦਾ ਕਿ ਜਿਹੜੇ ਬੰਦਿਆਂ ਨੇ ਬਹਾਦਰੀ ਪੁਰਸਕਾਰ ਦੀ ਸਿਫਾਰਿਸ਼ ਕੀਤੀ ਹੈ, ਜੇ ਆਪਾਂ ਉਹਨਾਂ ਦੀ ਮਤਲਬ ਇੱਕ ਹੁੰਦਾ ਨਾ ਵਿਭਾਗੀ ਕਾਰਵਾਈ ਜਾਂ ਵਿਭਾਗੀ ਕਾਰਗੁਜ਼ਾਰੀ, ਇਹ ਵਿਭਾਗੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਦੇਖਿਆ ਤਾਂ ਉਹਨਾਂ ਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਵੀ ਸ਼ਾਬਾਸ਼ ਜਵਾਨੋ ਤੁਹਾਡੇ ਹੋਏ ਗੁਰੂ, ਉਹ ਪਹਿਲਾਂ ਆਏ ਸੀ ਬੰਦੇ ਅਤੇ ਉਦੋਂ ਆਪਣੇ ਕੋਲੋਂ ਦਿੱਲੀ ਤੱਕ ਨਹੀਂ ਸੀ ਰੋਕੇ ਗਏ, ਜਿਉਂ ਉਹਨਾਂ ਨੇ ਬਾਰਡਰ ਲੰਘਿਆ ਸੀ ਹਰਿਆਣੇ ਵਾਲਾ ਅਤੇ ਫਿਰ ਮੁੜ ਕੇ ਉਹ ਦਿੱਲੀ ਤੱਕ ਜਾ ਕੇ ਨਹੀਂ ਸੀ ਰੋਕ ਸਕੇ, ਅਤੇ ਐਤਕੀ ਤਾਂ ਤੁਸੀਂ ਹਰਿਆਣੇ 'ਚ ਆਉਣ ਤੋਂ ਹੀ ਰੋਕ ਲਏ ਵੀ ਬੱਲੇ ਬੱਲੇ ਵੀ ਤਕੜੇ ਹੋ ਗਏ ਤੁਸੀਂ, ਬਹੁਤ ਬਹਾਦਰ। ਹੁਣ ਜਦੋਂ ਮੈਂ ਇਸ ਤਰ੍ਹਾਂ ਗੱਲ ਕਰਦਾ ਉਹਨਾਂ ਦੇ ਵਿਭਾਗ ਦੇ ਹਿਸਾਬ ਨਾਲ, ਫਿਰ ਉਹਨਾਂ ਨੂੰ ਆਪਣਾ ਆਪ ਬਹਾਦਰ ਜਾਪਦਾ ਹੋਊਗਾ ਜਾਂ ਬੰਦੇ ਬਹਾਦਰ ਜਾਪਦੇ ਹੋਣਗੇ, ਕਿਉਂਕਿ ਜਿਹੜੀ ਡਿਊਟੀ ਉਹਨਾਂ ਨੂੰ ਦਿੱਤੀ ਗਈ ਇਸ ਚੀਜ਼ ਦੇ ਲਈ, ਸਰਕਾਰ ਨੇ ਉਹਨਾਂ ਨੂੰ ਭਰਤੀ ਕੀਤਾ ਜਾਂ ਜਿਸ ਚੀਜ਼ ਦੀ ਤਨਖਾਹ ਮਿਲਦੀ ਹੈ ਉਹ ਕੰਮ ਤਾਂ ਉਹਨਾਂ ਨੇ ਕੀਤਾ। ਹਾਂ, ਹੁਣ ਇਹ ਡਿਬੇਟ ਦਾ ਵਿਸ਼ਾ ਜ਼ਰੂਰ ਹੈ ਕਿ ਜਿਹੜੇ ਕੰਮ ਨੂੰ ਕਰਨ ਦੇ ਲਈ ਕਿਹਾ ਗਿਆ ਅਗਲਿਆਂ ਨੂੰ, ਕਿਉਂਕਿ ਅਨੁਸ਼ਾਸਨ 'ਚ ਰਹਿ ਕੇ ਕਰਨਾ ਪੈਣਾ ਸੀ, ਉਹਨਾਂ ਨੇ ਕਰਤਾ, ਕੀ ਉਹ ਜਿਹੜਾ ਕੰਮ ਆ, ਕੀ ਉਹ ਸਾਰਾ ਕੁਛ ਆ, ਤੁਹਾਨੂੰ ਲੱਗਦਾ ਕਿ ਵੀ ਕੀ ਉਹ ਜਾਇਜ਼ ਹੈ? ਹਾਂ, ਇੱਕ ਗੱਲ ਤਾਂ ਹੈਗੀ ਵੀ ਇਸ ਚਿੱਠੀ ਦੇ ਨਾਲ, ਇਸ ਰੌਲੇ ਰੱਪੇ ਦੇ ਨਾਲ ਇੱਕ ਡਿਬੇਟ ਦਾ ਵਿਸ਼ਾ ਜ਼ਰੂਰ ਬਣੂਗਾ ਕਿ ਬਹਾਦਰੀ ਪੁਰਸਕਾਰ ਜਿਹੜਾ ਉਹ ਦੇਸ਼ ਦੇ ਦੁਸ਼ਮਣਾਂ ਨਾਲ ਲੜਨ ਦੇ ਲਈ ਦਿੱਤਾ ਜਾਣਾ ਜਾਂ ਫਿਰ ਦੇਸ਼ ਵਾਸੀਆਂ ਦੇ ਉੱਪਰ ਛੱਤਰ ਭੇਟ ਕਰਨ ਦੇ ਲਈ ਦਿੱਤਾ ਜਾਣਾ। ਦੂਜੀ ਗੱਲ ਮੈਨੂੰ ਇਹ ਵੀ ਲੱਗਦੀ ਹੈ ਬਾਠ ਸਾਹਿਬ ਕਿ ਵੀ ਇਹ ਜਿਹੜਾ ਮਸਲਾ ਹੈ ਨਾ, ਇਸ ਵਕਤ ਜਿੱਥੇ ਵੀ ਜਾ ਕੇ ਪਹੁੰਚ ਗਿਆ, ਜੜ ਗਿਆ, ਇਹਦੇ ਵਿੱਚ ਜੇ ਮੰਨ ਲਓ ਕਿ ਕਿਉਂਕਿ ਪਿਛਲੇ ਦਿਨ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਵੀ ਉਹ ਬਿਆਨ ਦਿੱਤਾ ਸੀ ਵੀ ਸਾਨੂੰ ਫੋਰੈਂਸਿਕ ਜਾਂਚ ਜਿਹੜੀ ਕੀਤੀ ਗਈ ਆ ਉਸ ਫੋਰੈਂਸਿਕ ਜਾਂਚ ਦੀ ਰਿਪੋਰਟ 'ਤੇ ਸ਼ੱਕ ਆ, ਕਿਉਂਕਿ ਜਿਹੜੀ ਤੁਸੀਂ ਕਹਿੰਦੇ ਆ ਕਿ ਵੀ ਹਾਂਜੀ ਉਹ ਗੋਲੀ ਤਾਂ ਜਾਂ ਜਿਹੜੇ ਹਥਿਆਰ ਦੀ ਉਹ ਗੋਲੀ ਹੈ ਜੀ, ਉਹ ਤਾਂ ਹਥਿਆਰ ਪੁਲਿਸ ਵਾਲਿਆਂ ਕੋਲ ਹੁੰਦਾ ਨਹੀਂ, ਪਤਾ ਕਰੋ ਕਿਹਨੇ ਚਲਾਈ ਹੈ ਗੋਲੀ।
ਹੋ ਸਕਦਾ ਕਿ ਵੀ ਇਹ ਡਿਬੇਟ ਵੀ ਵਿਸ਼ਾ ਆਉਣ ਵਾਲੇ ਦਿਨਾਂ ਦਾ ਬਣ ਜਾਵੇ, ਕਿਉਂਕਿ ਜੇ ਕਿਸਾਨਾਂ ਨੇ ਮੁੱਦਾ ਚੱਕਤਾ ਉਸ ਤੋਂ ਬਾਅਦ ਇਹ ਵੀ ਚਰਚਾ ਚੱਲਣ ਲੱਗ ਪਈ ਹੈ ਵੀ ਜਿਹੜੇ ਬੰਦੇ ਨੂੰ ਬਹਾਦਰੀ ਪੁਰਸਕਾਰ ਦਿੰਦੇ ਆ ਉਹਨਾਂ ਨੇ ਅਗਾਂਹ ਜਾਂਚ ਕਰਨੀ ਸੀਗੀ ਜਾਂ ਉਹੀ ਵਿੱਚ ਬੰਦੇ ਸੀ ਅਤੇ ਉਹ ਕਿਵੇਂ ਫਿਰ ਆਪਣੇ ਵਿਰੋਧ 'ਚ ਕਰ ਸਕਦੇ ਆ, ਇਹ ਮਸਲਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੋਲੀਟੀਕਲ ਹੋ ਜੇ ਜੀ। ਬਾਕੀ ਸੰਧਾਲੀਆ ਸਾਹਿਬ, ਪੰਜਾਬ ਦੇ ਵਿੱਚ ਨਾ ਬੜੇ ਬੰਦੇ ਕੱਲ੍ਹ ਪਰਸੋਂ ਦੇ ਜਿੱਦਣ ਦੀ ਆਪਾਂ ਗੱਲ ਕੀਤੀ ਆ, ਦੁਬਾਰਾ ਸਰਪੰਚੀ ਦੇ ਲਈ ਡੰਡ ਬੈਠਕਾਂ ਮਾਰਨ ਲੱਗ ਪਏ। ਕਈ ਪਿੰਡਾਂ ਤੋਂ, ਇੱਕ ਦੋ ਪਿੰਡਾਂ ਤੋਂ ਝਗੜੇ ਦੀਆਂ ਵੀ ਖਬਰਾਂ ਆਈਆਂ, ਮੀਟਿੰਗਾਂ ਮੂਟਿੰਗਾਂ, ਆਹੀ ਮਾੜੀ ਮੋਟੀ ਸ਼ਰਾਬ, ਤੱਤਾ ਠੰਡਾ ਜਿਹਾ ਵੀ ਕਰਨ ਲੱਗ ਪਏ। ਉਹ ਧਿਆਨ ਰੱਖੋ ਭਾਈ, ਪਿੰਡਾਂ ਦੀ ਸਰਪੰਚੀ ਪੰਚੀ ਛੋਟੀ ਗੱਲ ਹੈ, ਪੰਜਾਬ ਨੂੰ ਤੰਦਰੁਸਤ ਬਣਾਉਣਾ ਜ਼ਰੂਰੀ ਹੈ। ਕਿਉਂਕਿ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਸਵਾਲ ਚੁੱਕਿਆ ਸੀ, ਸਵਾਲ ਪਿਛਲੇ ਦਿਨੀ ਸਤਨਾਮ ਸਿੰਘ ਸੰਧੂ ਸਾਹਿਬ ਨੇ ਵੀ ਚੁੱਕਿਆ ਸੀ, ਨੋਮੀਨੇਟਡ ਰਾਜ ਸਭਾ ਦੇ ਮੈਂਬਰ ਨੇ, ਪੰਜਾਬ ਦੇ ਪਾਣੀ ਦਾ। ਅਤੇ ਸੰਧਾਲੀਆ ਸਾਹਿਬ, ਹੈਰਾਨੀ ਦੀ ਗੱਲ ਹੈ, ਅਸੀਂ ਕਿੱਡੇ ਵੱਡੇ ਸੰਕਟ ਦੇ ਵਿੱਚ ਹਾਂ, ਪਰ ਕਿੰਨੇ ਕੁ ਪੰਜਾਬੀ ਨੇ ਜਿਹੜੇ ਇਸ ਸੰਕਟ ਤੋਂ ਥੋੜ੍ਹਾ ਬਹੁਤ ਜਾਣੂ ਵੀ ਨੇ। ਡਰ ਚਿੰਤਾ ਬਹੁਤ ਵੱਡੀ ਗੱਲ ਹੁੰਦੀ ਹੈ, ਉਹਦੇ ਵਿੱਚੋਂ ਚਿੰਤਨ ਨਿਕਲਦਾ, ਚਿੰਤਨ ਦੇ ਵਿੱਚੋਂ ਹੱਲ ਨਿਕਲਦਾ, ਪਰ ਨਾ ਸਾਡੇ ਤਾਂ ਕੰਨਾਂ 'ਤੇ ਜੂ ਨਹੀਂ ਸਰਕਦੀ, ਨਾ ਸਰਕਾਰਾਂ ਸੁਹਿਰਦ ਨੇ, ਨਾ ਲੋਕ ਸੁਹਿਰਦ ਨੇ। ਹੁਣ ਸਵਾਲ ਪਾਰਲੀਮੈਂਟ ਦੇ ਵਿੱਚ ਜਦੋਂ ਪਾਣੀ ਦਾ ਪੁੱਛਿਆ ਗਿਆ ਤਾਂ ਇੱਕ ਰਿਪੋਰਟ ਦਾ ਜ਼ਿਕਰ ਕੀਤਾ, ਕੇਂਦਰ ਸਰਕਾਰ ਦੇ ਜਲ ਸ਼ਕਤੀ ਸੰਬੰਧੀ ਰਾਜ ਮੰਤਰੀ ਨੇ, ਕੇਂਦਰ ਸਰਕਾਰ ਦੇ ਜਿੱਦਾਂ ਰਵਨੀਤ ਬਿੱਟੂ ਸਾਹਿਬ ਮਿਨਿਸਟਰ ਨੇ ਜਵਾਬ ਦਿੱਤਾ, ਉਹ ਕਹਿੰਦੇ ਜੀ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਪੀਣ ਯੋਗ ਹੀ ਨਹੀਂ ਹੈਗਾ, ਪਾਣੀ ਖਰਾਬ ਹੋ ਗਿਆ, ਪਾਣੀ ਭਾਰਾ ਹੈ, ਕਈ ਤਰ੍ਹਾਂ ਦੇ ਤੱਤ, ਕਈ ਤਰ੍ਹਾਂ ਦੇ ਕੈਮੀਕਲ, ਕਈ ਤਰ੍ਹਾਂ ਦੀਆਂ ਧਾਤਾਂ ਉਸ ਪਾਣੀ ਦੇ ਵਿੱਚ ਰਲ ਚੁੱਕੀਆਂ। ਪਿਛਲੇ ਦਿਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਵੀ ਇੱਕ ਰਿਪੋਰਟ ਆਈ ਸੀ, ਉਹਨਾਂ ਨੇ ਵੀ ਸਰਵੇ ਕੀਤਾ ਸੀ, ਜਾਂਚ ਪੜਤਾਲ ਕੀਤੀ ਸੀ, ਉਹ ਰਿਪੋਰਟ ਵੀ ਡਰਾਉਣ ਵਾਲੀ ਸੀ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਮੀਂਹ ਤਾਂ ਸਾਰਾ ਸਾਲ ਸਾਡੇ ਪੈਂਦਾ ਨਹੀਂ ਕਿ ਅਸੀਂ ਉਹਦਾ ਪਾਣੀ ਇਕੱਠਾ ਕਰ ਲਈਏ, ਨਹਿਰਾਂ ਦਾ ਪਾਣੀ ਸਾਰੇ ਪੰਜਾਬ 'ਚ ਲੱਗਦਾ ਨਹੀਂ, ਅਸੀਂ ਧਰਤੀ ਹੇਠਲੇ ਪਾਣੀ ਦੇ ਉੱਤੇ ਨਿਰਭਰ ਕਰਦੇ ਹਾਂ, ਪਾਣੀ ਪੀਣ ਦੇ ਲਈ ਵੀ, ਪਸ਼ੂਆਂ ਨੂੰ ਪਿਆਉਣ ਦੇ ਲਈ ਵੀ, ਅਤੇ ਫਸਲਾਂ ਨੂੰ ਲਾਉਣ ਦੇ ਲਈ ਵੀ। ਅਤੇ ਜਦੋਂ ਸਾਡੀ ਕੇਂਦਰ ਦੀ ਸਰਕਾਰ ਵੀ ਮੰਨਦੀ ਹੈ, ਜਦੋਂ ਸਾਡੇ ਸੂਬੇ ਦੀ ਇੱਕ ਬਿਹਤਰੀਨ ਯੂਨੀਵਰਸਿਟੀ ਦੀ ਰਿਸਰਚ ਵੀ ਇਹ ਮੰਨਦੀ ਹੈ ਕਿ ਅਸੀਂ ਗਵਾ ਲਿਆ ਪਾਣੀ, ਨਹੀਂ ਰਿਹਾ ਪੀਣ ਯੋਗਾ, ਕਿਤੇ ਸੈਮੀਨਾਰ ਹੋ ਰਿਹਾ ਨਾ। ਹਾਂ, ਇੱਕ ਧਿਰ ਜਿਹੜੀ ਹੈ ਉਹ ਜ਼ਰੂਰ ਇੱਧਰਲੇ ਪਾਸੇ ਜਿਹੜੇ ਉਹ ਲੱਗੇ ਹੋਏ ਨੇ, ਉਹ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਪਿਛਲੇ ਦਿਨੀ ਜਿਹੜਾ ਬੁੱਢੇ ਨਾਲੇ ਤੋਂ ਸਤਲੁਜ ਦੇ ਵਿੱਚ ਪਾਣੀ ਡਿੱਗਦਾ ਜਿੱਥੇ ਜਾ ਕੇ, ਉੱਥੇ ਜਾ ਕੇ ਵੀ ਪ੍ਰਚਾਰ ਕੀਤਾ, ਪਿੰਡ ਪਿੰਡ ਜਾ ਕੇ ਕੋਸ਼ਿਸ਼ ਕਰ ਰਹੇ ਨੇ ਉਹ ਕਿ ਲੋਕਾਂ ਦੀ ਲਾਮਬੰਦੀ ਹੋਵੇ, ਪਰ ਨਾ, ਸਾਨੂੰ ਪੰਚੀ ਦੀ ਚਿੰਤਾ, ਸਾਨੂੰ ਸਰਪੰਚੀ ਦੀ ਚਿੰਤਾ, ਅਸੀਂ ਕੌਂਸਲਰ ਬਣਨਾ, ਅਸੀਂ ਮੇਅਰ ਬਣਨਾ, ਅਸੀਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ MLA ਬਣਨਾ, ਅਸੀਂ ਆਪਣੇ MLAs ਦੀ ਗਿਣਤੀ ਵਧਾਉਣੀ ਹੈ, ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੈਂਸਰ ਹੋ ਰਿਹਾ, ਜਿਹੜੀਆਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ, ਸੰਧਾਲੀਆ ਸਾਹਿਬ ਉਧਰਲੇ ਪਾਸੇ ਕਿਸੇ ਦੀ ਚਿੰਤਾ ਹੀ ਨਹੀਂ। ਹੁਣ ਤਾਂ ਔਨ ਰਿਕਾਰਡ ਆ ਗਿਆ, ਹੁਣ ਤਾਂ ਦੇਸ਼ ਦੀ ਪਾਰਲੀਮੈਂਟ ਨੇ ਇਸ ਗੱਲ ਦੇ ਉੱਤੇ ਮੋਹਰ ਲਾਤੀ ਕਿ ਅਸੀਂ ਪਾਣੀ ਖਰਾਬ ਕਰ ਲਿਆ, ਜੇ ਖਰਾਬ ਅਸੀਂ ਕੀਤਾ ਤਾਂ ਠੀਕ ਵੀ, ਅਸੀਂ ਕਰਨਾ, ਡਿਊਟੀਆਂ ਨਿਭਾਉਣੀਆਂ ਪੈਣਗੀਆਂ। ਨਹੀਂ, ਬਿਲਕੁਲ ਨਿਭਾਉਣੀਆਂ ਪੈਣਗੀਆਂ। ਹੁਣ ਮੈਨੂੰ ਐਗਜੈਕਟ ਗਿਣਤੀ ਤਾਂ ਪਤਾ ਨਹੀਂ, ਪਰ ਮੇਰਾ ਖਿਆਲ ਚਲੋ 150 ਤੋਂ ਥੋੜ੍ਹੇ ਜਿਹੇ ਵੱਧ ਬਲਾਕ ਨੇ ਪੰਜਾਬ ਦੇ ਵਿੱਚ, ਜਿਹਦੇ 'ਚੋਂ ਮੇਰਾ ਖਿਆਲ 100 ਤੋਂ ਉੱਪਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਲ ਕਹਿ ਲਓ ਕਿ ਵੀ ਡਾਰਕ ਜ਼ੋਨ ਵਾਲਾ ਹਿਸਾਬ ਤਾਂ ਬਣਿਆ ਪਿਆ, ਕਿ ਉੱਥੋਂ ਇੰਨਾ ਕੁ ਪਾਣੀ ਆਪਾਂ ਕੱਢ ਚੁੱਕੇ ਹਾਂ ਵੀ ਜਿਹੜਾ ਖਤਰਨਾਕ ਸਥਿਤੀ ਤੱਕ ਜਾ ਚੁੱਕਾ। ਹੁਣ ਸਵਾਲ ਇਹ ਆ ਵੀ ਇਹ ਜਿੱਦਾਂ ਹੁਣ ਮੈਂ ਆ ਲਾਈਨ ਬੋਲਤੀ, ਇਹ ਲਾਈਨ ਹੋ ਸਕਦਾ ਅੱਜ ਤੋਂ 5 ਸਾਲ ਪਹਿਲਾਂ ਵੀ ਕਿਸੇ ਨੇ ਸੁਣੀ ਹੋਵੇ, ਅਤੇ ਹੋ ਸਕਦਾ 7 ਸਾਲ 10 ਸਾਲ ਪਹਿਲਾਂ ਵੀ ਸੁਣੀ ਹੋਵੇ। ਹਾਂ, ਉਦੋਂ ਬਲਾਕਾਂ ਦੀ ਗਿਣਤੀ ਥੋੜ੍ਹੀ ਜਿਹੀ ਘੱਟ ਹੋ ਸਕਦੀ ਹੈ, ਹੁਣ ਬਲਾਕ 2-4-5 ਦੇ ਵਿੱਚ ਹੋਰ ਆ ਗਏ ਹੋਣਗੇ। ਹੁਣ ਜਦੋਂ ਆਪਾਂ ਨੂੰ ਲਗਾਤਾਰ ਇਹ ਖਬਰ ਤਾਂ ਖਬਰ ਲੱਗਦੀ ਹੈ, ਪਰ ਇਸ ਖਬਰ ਦਾ ਹੱਲ ਨਾ ਤਾਂ ਕਦੀ ਸਰਕਾਰਾਂ ਵਾਲੇ ਪਾਸਿਓਂ ਆਪਾਂ ਸੁਣਿਆ ਅਤੇ ਨਾ ਕਦੀ ਲੋਕਾਂ ਦੇ ਮਨ 'ਚ ਆਇਆ। ਹੁਣ ਹਾਂ, ਠੀਕ ਆ, ਐਤਕੀਆਂ ਵਾਲੀ ਸਰਕਾਰ ਜਿਹੜੀ ਉਹ ਕਹਿੰਦੇ ਵੀ ਅਸੀਂ ਵੱਖਰੀਆਂ ਨਹਿਰਾਂ ਕੱਢਣੀਆਂ ਨੇ, ਅਸੀਂ ਹੁਣ ਦੇਖੋ ਨਹਿਰਾਂ ਦਾ ਪਾਣੀ ਵਰਤਣਾ ਜੀ, ਅਸੀਂ ਨਹੀਂ ਚਾਹੁੰਦੇ ਜ਼ਮੀਨ ਹੇਠਲਾ ਪਾਣੀ ਖਰਾਬ ਹੋਵੇ। ਆਪਣੇ ਤੌਰ 'ਤੇ ਜੇ ਆਪਾਂ ਮਸ਼ਹੂਰੀਆਂ ਦੇ ਹਿਸਾਬ ਨਾਲ, ਭਾਸ਼ਣਾਂ ਦੇ ਹਿਸਾਬ ਨਾਲ ਸੁਣੀਏ, ਤਾਂ ਪੰਜਾਬ ਸਰਕਾਰ ਜ਼ਰੂਰ ਕਹਿੰਦੀ ਹੈ ਕਿ ਅਸੀਂ ਅੱਗੇ ਨਾਲੋਂ ਨਹਿਰੀ ਪਾਣੀ ਜਾਂ ਜਿਹੜਾ ਸਿੰਚਾਈ ਦੇ ਲਈ ਪਾਣੀ ਆ ਉਹ ਨਹਿਰਾਂ ਦਾ ਪਾਣੀ ਵਰਤਣ ਦੇ ਲਈ, ਦਰਿਆਵਾਂ ਦਾ ਪਾਣੀ ਵਰਤਣ ਦੇ ਲਈ ਪਹਿਲ ਕਦਮ ਕੀਤੀ।
ਹਾਂ ਉਹ ਜਦੋਂ ਕੀਤੀ ਜਾਊਗੀ ਇੱਕ ਦੋ ਸੀਜ਼ਨਾਂ ਤੱਕ ਲੋਕਾਂ ਨੂੰ ਵਾਕਈ ਲੱਗੂਗਾ ਵੀ ਨਹੀਂ ਯਾਰ ਹੁਣ ਮੋਟਰ ਘੱਟ ਚਲਾਉਣੀ ਪੈਂਦੀ ਹੈ, ਜਿੱਥੇ ਪਾਣੀ ਨਹੀਂ ਸੀ ਪਹੁੰਚਦਾ ਉੱਥੇ ਨਹਿਰ ਦਾ ਪਾਣੀ ਪਹੁੰਚਣ ਲੱਗ ਪਿਆ, ਫਿਰ ਆਪਾਂ ਚਲੋ ਇਹਨਾਂ ਦੀ ਪਿੱਠ ਵੀ ਥਾਪੜ ਦਿਆਂਗੇ ਵੀ ਇਹਨਾਂ ਨੇ ਕੁਛ ਕੀਤਾ। ਪਰ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਪਾਣੀ ਜਿਹੜਾ ਜੀ ਲੋਕਾਂ ਨੂੰ ਬਚਾਉਣਾ ਚਾਹੀਦਾ, ਦੇਖੋ ਮੈਂ ਬੇਨਤੀ ਕਰਾਂ ਸਰਪੰਚੀ ਦੀ ਗੱਲ ਜਦੋਂ ਚੱਲਦੀ ਆ ਸੇਵਾ ਵੀ ਕਰਨੀ ਹੁੰਦੀ ਬੰਦਿਆਂ ਦੀ, ਉੱਥੇ ਜ਼ਰੂਰ ਉਹ ਪਾਣੀ ਬਚਾਉਂਦੇ ਨੇ। ਜਦੋਂ ਅਗਲਾ ਬੰਦਾ ਕਹਿੰਦਾ ਵੀ ਹਾਂ ਕਿੱਦਾਂ ਕਰਨੀ ਹੈ, ਹੋਇਆ ਲੈ ਤੂੰ ਹੁਣ ਪਾਣੀ ਪਾ ਕੇ ਡੰਡ ਲਾ ਦੇਣੀ ਰਹਿਣ ਦੀ ਤੂੰ ਇੱਥੇ, ਬਹੁਤੀ ਗੱਲ ਸਾਰਾ ਪਾਣੀ ਪਾ ਲਿਆ ਪਾ ਤਾਂ ਲਾ ਘੁੱਟ। ਹਾਂ ਮੈਂ ਤਾਂ ਕਿਹਾ ਵੀ ਉੱਥੇ ਦੇ ਬੰਦੇ ਯਾਰ ਬਚਾ ਹੀ ਦਿੰਦੇ ਨੇ ਪਾਣੀ, ਇਹ ਨਾ ਤੁਸੀਂ ਕਹੋ ਵੀ ਉੱਥੇ ਉਹ ਪਾਣੀ ਨਹੀਂ ਬਚਾਉਂਦੇ, ਇੱਦਾਂ ਅਸੀਂ ਪਾਣੀ ਜ਼ਰੂਰ ਬਚਾਉਂਦੇ ਹਾਂ। ਸੰਧਾਲੀਆ ਸਾਹਿਬ ਇੱਕ ਪਾਸੇ ਅਜੇ ਇਸ ਗੱਲ ਦੇ ਲਈ ਸਥਿਤੀਆਂ ਕਲੀਅਰ ਨਹੀਂ ਹੋਈਆਂ ਕਿ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਲਈ ਉਹਨਾਂ ਪੰਥਕ ਧਿਰਾਂ ਦੀ ਰਣਨੀਤੀ ਕੀ ਰਹੂਗੀ ਜਿਹੜੀਆਂ ਪੰਥਕ ਧਿਰਾਂ ਨੇ ਦੋ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ, ਫਰੀਦਕੋਟ ਅਤੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕਾ, ਕਿਉਂਕਿ ਤਿੰਨ ਹਲਕਿਆਂ ਤੋਂ ਤਾਂ ਆਪਣੇ ਆਪ ਐਲਾਨ ਕਰ ਦਿੱਤਾ ਹੈ। ਉਹ ਦੋ ਪਰਿਵਾਰ ਉਹ ਨੇ ਜਿਨ੍ਹਾਂ ਦੇ ਬੰਦੇ ਜਿਹੜੇ ਆ ਡਿਮਰੂਗੜ੍ਹ ਜੇਲ੍ਹ ਦੇ ਵਿੱਚ ਸਰਦਾਰ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਕੈਦ ਨੇ, ਉਹ ਹਵਾਲਾਤ ਦੇ ਵਿੱਚ ਲਾ ਲਓ ਜਾਂ ਜੇਲ੍ਹ ਦੇ ਵਿੱਚ ਬੰਦ ਲਾ ਲਓ, ਅਤੇ ਦੂਸਰੇ ਪਾਸੇ ਇੱਕ ਕੌਂਕੇ ਪਰਿਵਾਰ ਹੈ ਉਹਨਾਂ ਨੇ ਕਿਹਾ ਜੀ ਅਸੀਂ ਬਰਨਾਲੇ ਵਾਲੀ ਚੋਣ ਜਿਹੜੀ ਹੈ ਉਹ ਲੜਨੀ ਹੈ। ਚਲੋ ਅਜੇ ਤੱਕ ਨਾ ਤਾਂ ਸਰਬਜੀਤ ਸਿੰਘ ਖਾਲਸਾ ਨਾ ਮੈਂਬਰ ਪਾਰਲੀਮੈਂਟ ਸਰਦਾਰ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਸਥਿਤੀ ਕਲੀਅਰ ਨਹੀਂ ਕੀਤੀ ਕਿ ਇਹਨਾਂ ਨੂੰ ਇਹਨਾਂ ਦੀ ਮਦਦ ਕਰਨਗੇ ਪਰੇ ਰਹਿਣਗੇ ਜਾਂ ਕਿਸੇ ਹੋਰ ਉਮੀਦਵਾਰ ਦੀ ਮਦਦ ਕਰਨਗੇ ਜਾਂ ਆਪਣਾ ਉਮੀਦਵਾਰ ਕੋਈ ਐਲਾਨਣਗੇ, ਅਜੇ ਕਲੀਅਰ ਨਹੀਂ। ਪਰ ਹਾਂ ਜਿੱਦਾਂ ਮੈਂਬਰ ਪਾਰਲੀਮੈਂਟ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ NSA ਦੇ ਖਿਲਾਫ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ, ਅਰਜ਼ੀ ਦਿੱਤੀ ਸੀ ਕਿ ਭਾਈ NSA ਗਲਤ ਲਾਇਆ ਗਿਆ, ਮਨੁੱਖੀ ਹੱਕਾਂ ਦਾ ਘਾਣ ਹੈ ਜੀ, ਅਤੇ ਉਹਨਾਂ ਨੇ ਤਾਂ ਨਾਲ ਇਹ ਵੀ ਲਿਖਿਆ ਸੀ ਕਿ ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਕੰਮ ਕਰਨੇ ਆ, ਨੁਮਾਇੰਦਗੀ ਕਰਨੀ ਆ, ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ, ਸੁਣਵਾਈ ਉਹਦੇ 'ਤੇ ਵੀ ਹੋਣੀ ਹੈ। ਅਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਹੀ ਬੰਦ ਨੇ, ਉਹਨਾਂ ਨੇ ਇੱਕ ਵੱਖਰੀ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ NSA ਦੇ ਖਿਲਾਫ ਕਿ NSA ਲਾਉਣ ਦਾ ਕੋਈ ਆਧਾਰ ਨਹੀਂ, ਸਾਡੇ ਖਿਲਾਫ NSA ਲਾਈ ਠੀਕ ਨਹੀਂ, ਸਾਨੂੰ ਸੂਬੇ ਦੀ ਏਡੀ ਦੂਰ ਜੇਲ੍ਹ ਦੇ ਵਿੱਚ ਬੰਦ ਕਰਨਾ ਗਲਤ ਹੈ। ਹੁਣ ਸੰਧਾਲੀਆ ਸਾਹਿਬ ਉਹਦੇ 'ਤੇ ਸੁਣਵਾਈ ਹੋਣੀ ਹੈ। ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਸੱਦਾ ਪੱਤਰ ਆਇਆ, ਅਤੇ ਦੂਜੇ ਪਾਸੇ ਸੱਦਾ ਪੱਤਰ ਜਿਹੜਾ ਆ ਉਹ ਉੱਧਰਲੇ ਪਾਸੇ ਵੀ ਗਿਆ ਜਿਹੜੀ ਪੰਜਾਬ ਦੀ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ। ਹੁਣ ਸਾਰੀਆਂ ਧਿਰਾਂ ਇਸ ਮੁੱਦੇ ਦੇ ਉੱਤੇ ਸਪਸ਼ਟੀਕਰਨ ਕੀ ਦੇਣਗੀਆਂ? ਇੱਕ ਤਾਂ ਸਾਨੂੰ ਇਸ ਗੱਲ ਦੀ ਉਡੀਕ ਰਹੇਗੀ, ਤਾਂ ਦੂਸਰਾ ਕੀ ਇਹ ਸਾਰੇ ਕੇਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਹੜੇ ਕੈਦੀ ਨੇ ਜਿਨ੍ਹਾਂ ਦੇ ਉੱਤੇ NSA ਲਾਇਆ ਉਹ ਕਲੱਬ ਕਰ ਦਿੱਤੇ ਜਾਣਗੇ ਜਾਂ ਇਕੱਠੇ ਇਕੱਠੇ ਇਕੱਲੇ ਇਕੱਲੇ ਸੁਣਵਾਈ ਹੋਏਗੀ? ਇਹਦੀ ਵੀ ਉਡੀਕ ਰਹਿਣੀ ਹੈ ਜੀ। ਦੇਖੋ ਇਹ ਮਸਲਾ ਨਾ ਕੁੱਲ ਮਿਲਾ ਕੇ ਗੱਲ ਆਪਾਂ ਆਖ ਦਈਏ ਕਿ ਵੀ ਟੇਢਾ। ਪਹਿਲੀ ਗੱਲ ਤੇ ਇਹ ਹੈ ਵੀ ਜੇ ਕੋਈ ਇਹ ਕਹੇ ਕਿ NSA ਪਹਿਲੀ ਵਾਰ ਲਾਇਆ ਗਿਆ ਕਿਸੇ ਦੇ ਉੱਪਰ, ਇਹ ਵੀ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ NSA ਲੱਗਦਾ ਰਿਹਾ। ਅਤੇ ਜੇ ਆਪਾਂ ਇਹ ਕਹੀਏ ਕਿ ਵੀ ਹਾਂ ਵੀ NSA ਲੱਗਾ ਅਤੇ ਉਸ ਤੋਂ ਬਾਅਦ ਬੰਦਾ ਬਸ ਅੰਦਰ ਹੀ ਰਹਿ ਗਿਆ ਯਾਰ, ਮੁੜ ਕੇ ਕਦੀ ਉਹ ਬਾਹਰ ਹੀ ਨਹੀਂ ਆਇਆ, ਇਹੋ ਜਿਹੀ ਵੀ ਗੱਲ ਹੋਈ। ਇੱਥੇ ਮੈਂ ਕੋਟ ਕਰਦਾ, ਮੇਰਾ ਖਿਆਲ 2 ਦਿਨ ਪਹਿਲਾਂ ਸ਼ਾਇਦ ਮੀਡੀਆ 'ਚ ਤੁਸੀਂ ਸੁਣਿਆ ਵੀ ਹੋਵੇ, ਚੰਦੂ ਮਾਜਰਾ ਸਾਹਿਬ ਉਹ ਜ਼ਿਕਰ ਕਰ ਰਹੇ ਸੀ, ਕਿਉਂਕਿ ਉਹ ਕਹਿੰਦੇ ਵੀ ਯਾਰ ਦੇਖੋ ਮੈਂ ਸਭ ਤੋਂ ਛੋਟੀ ਉਮਰ ਦਾ ਸੀਗਾ ਉਦੋਂ ਜਦੋਂ ਮੇਰੇ 'ਤੇ NSA ਲੱਗਾ, ਮੈਂ 21-22 ਮਹੀਨੇ ਕੈਦ ਕੱਟੀ, ਮੈਂ ਕੋਈ ਐਵੇਂ ਨਹੀਂ ਆ ਗਿਆ ਇੱਥੇ ਅਕਾਲੀ ਦਲ ਦੇ ਵਿੱਚ ਅੱਜ ਹੀ ਮੈਨੂੰ ਗੱਲਾਂ ਕਰਦੇ ਨੇ ਨਵੇਂ ਬੰਦੇ। ਮੈਂ ਤਾਂ ਦੱਸਦਿਆਂ ਵੀ ਇਹ ਨਹੀਂ ਹੁੰਦਾ ਵੀ ਬੰਦੇ ਦੇ NSA ਲੱਗ ਗਿਆ ਅਤੇ ਉਸ ਤੋਂ ਬਾਅਦ ਜ਼ਿੰਦਗੀ ਉਹਦੀ ਖਤਮ ਹੋ ਗਈ। ਕਈ ਵਾਰ ਬੰਦੇ ਕੱਦਾਵਰ ਜਾਂ ਵੱਡੇ ਲੀਡਰ ਵੀ ਬਣ ਕੇ ਨਿਕਲਦੇ ਨੇ ਜਦੋਂ ਸਜ਼ਾਵਾਂ ਕੱਟੀਆਂ ਜਾਂਦੀਆਂ। ਹੁਣ ਜੇ ਇਹਨਾਂ ਦੀ ਆਪਾਂ ਗੱਲ ਕਰੀਏ ਜਿਹੜੇ ਬੰਦੇ ਅੰਦਰ ਨੇ, ਅੰਮ੍ਰਿਤਪਾਲ ਸਿੰਘ ਹੋਰੀ ਜਾਂ ਉਹਨਾਂ ਦੇ ਨਾਲ ਦੇ ਸਾਥੀ, ਹੁਣ ਅੰਮ੍ਰਿਤਪਾਲ ਸਿੰਘ ਹੋਰੀ ਤਾਂ ਵੱਡੇ ਹੋ ਗਏ, ਮੈਂ ਕਹਿ ਲਓ ਕਿ ਲੋਕਾਂ ਨੇ ਸਾਥ ਦਿੱਤਾ ਉਹ ਵੱਡੇ ਲੀਡਰ ਬਣ ਗਏ। ਇਹਦਾ ਕਲੀਅਰ ਕੱਟ ਆ ਜੂਨ ਮਹੀਨੇ ਆਏ ਨਤੀਜਿਆਂ ਤੋਂ ਪਤਾ ਲੱਗ ਗਿਆ। NSA ਚਲੋ ਉਹਨਾਂ ਦੇ ਉੱਪਰ ਅੱਜ ਨਹੀਂ ਤਾਂ ਕੱਲ੍ਹ ਨੂੰ ਖਤਮ ਹੋ ਜਾਣੀ ਹੈ, ਉਸ ਤੋਂ ਬਾਅਦ ਉਹ ਐਜ਼ ਏ ਮੈਂਬਰ ਪਾਰਲੀਮੈਂਟ ਕੀ ਕਾਰਗੁਜ਼ਾਰੀ ਕਰਨਗੇ ਫਿਰ ਆਪਾਂ ਉਹਦੇ 'ਤੇ ਗੱਲ ਕਰ ਲਾਂਗੇ। ਪਰ ਜਿਹੜੇ ਨਾਲ ਦੇ ਸਾਥੀ ਆ ਉਹ ਨਾ ਤਾਂ ਵਿਚਾਰਾ ਕੋਈ MLA ਹੈ ਨਾ MP ਹੈ,
ਉਹ ਬਿਲਕੁਲ ਉਸੇ ਤਰ੍ਹਾਂ ਦੇ ਸਧਾਰਨ ਬੰਦੇ ਨੇ ਜਿੱਦਾਂ ਪਹਿਲਾਂ ਸੀਗੇ NSA ਲੱਗਣ ਤੋਂ, ਤੇ ਜੇ ਕੱਲ ਨੂੰ NSA ਮੰਨ ਲਓ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਸਧਾਰਨ ਰਹਿਣਾ। ਅਜੇ ਤੱਕ ਕਿਸੇ ਤਰ੍ਹਾਂ ਦੀ ਲਾਈਨ ਲਾਈਟ ਦੇ ਵਿੱਚ ਆਏ ਨਹੀਂ। ਹਾਂ, ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਲਈ 3 ਬੰਦਿਆਂ ਨੇ ਜ਼ਰੂਰ ਕਿਹਾ ਕਿ ਅਸੀਂ MLA ਦੀ ਚੋਣ ਲੜਨੀ ਆ। ਉਹਦੇ ਵਿੱਚ ਜੇ ਕੋਈ ਬੰਦਾ ਜਿੱਤ ਜਾਂਦਾ ਜਾਂ 3 ਹੀ ਜਿੱਤ ਜਾਂਦੇ ਨੇ ਤੇ ਫਿਰ ਹੋ ਸਕਦਾ ਆਪਾਂ ਨੂੰ ਇਹ ਵੀ ਕਹਿਣ ਦਾ ਮੌਕਾ ਮਿਲ ਜਾਵੇ ਕਿ ਅੰਮ੍ਰਿਤਪਾਲ ਸਿੰਘ ਹੁਰੀ ਜਾਂ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਵਿੱਚੋਂ ਹੁਣ ਬੰਦੇ ਚਾਹੇ ਉਹਨਾਂ ਨੇ ਜੇਲ੍ਹ ਕੱਟੀ ਉਸ ਤੋਂ ਬਾਅਦ ਉਹ ਲੀਡਰ ਬਣ ਕੇ ਨਿਕਲੇ। ਇੱਕ ਗੱਲ ਮੈਨੂੰ ਇਹ ਜਾਪਦੀ ਹੈ ਕਿ ਵੀ ਜੇ ਤੇ ਇਹ ਮਸਲਾ, ਕਿਉਂਕਿ ਚੰਨੀ ਸਾਹਿਬ ਨੇ ਮਾੜਾ ਜਿਹਾ ਜ਼ਿਕਰ ਕੀਤਾ ਸੀ ਪਾਰਲੀਮੈਂਟ ਦੇ ਵਿੱਚ, ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਉਹਨਾਂ ਨੂੰ ਬੈਕਫੁੱਟ ਤੇ ਜਾਂ ਉਹਦੀ ਪਾਰਟੀ ਨੂੰ ਬੈਕਫੁੱਟ ਤੇ ਜਾਣਾ ਪਿਆ, ਉਹਦੇ ਤੋਂ ਇੱਕ ਗੱਲ ਤੇ ਕਲੀਅਰ ਆ ਕਿ ਕੋਈ ਇਹ ਮਤ ਸਮਝੇ ਕਿ ਵੀ ਇਹ ਇੱਕ ਸਧਾਰਨ ਮਸਲਾ ਤੇ ਇੱਧਰ ਅਪੀਲ ਦਲੀਲ ਹੋਣੀ ਆ ਤੇ ਸਾਹਮਣੇ ਵਾਲੇ ਪਾਸੇ ਵਾਲਿਆਂ ਨੇ ਕਹਿਣਾ ਵੀ ਕੋਈ ਗੱਲ ਨਹੀਂ ਮਹਾਰਾਜ ਛੱਡ ਦਿਓ, ਸਾਨੂੰ ਕਿਹੜਾ ਕੋਈ ਇਤਰਾਜ਼ ਆ, ਇਹੋ ਜਿਹੀ ਗੱਲ ਮੈਨੂੰ ਲੱਗਦੀ ਨਹੀਂ। ਇਹਦਾ ਮਤਲਬ ਇਹ ਹੋ ਗਿਆ ਵੀ ਇਹਦੇ ਵਿੱਚ ਹੋ ਸਕਦਾ ਸੁਣਵਾਈਆਂ, ਚਰਚਾਵਾਂ, ਤਰੀਕਾਂ ਜੇ ਕੰਮ ਹੋਰ ਚੱਲੇ, ਤੇ ਉਹਦੇ ਤੋਂ ਬਾਅਦ ਜਦੋਂ ਲੋਕ ਉਹ ਜਾਂ ਤਾਂ ਬਾਹਰ ਆਉਣਗੇ ਜਾਂ ਫਿਰ ਉਹ NSA ਵਧੂਗਾ, ਫਿਰ ਜਿਹੜਾ ਬਹੁਤਾ ਕਰਕੇ ਹੋ ਸਕਦਾ ਕਿ ਪੋਲੀਟੀਕਲ ਪ੍ਰੈਸ਼ਰ ਜਿਹੜਾ ਉਹ ਚਾਹੇ ਲੋਕਾਂ ਦੇ ਪੱਖ ਤੋਂ ਪਵੇ, ਚਾਹੇ ਪੋਲੀਟੀਕਲ ਪਾਰਟੀਆਂ ਦੇ ਪੱਖ ਤੋਂ ਪਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰ ਸਮੀਕਰਨ ਬਦਲ ਜਾਂਦੇ ਹੁੰਦੇ ਆ, ਫਿਰ ਭਾਵੇਂ ਕੋਈ ਨਾ ਕੋਈ ਚੰਗੀ ਖਬਰ ਦੀ ਆਸ ਆਪਾਂ ਕਰੀਏ। ਫਿਲਹਾਲ ਇਹਨਾਂ ਹਾਲਾਤਾਂ 'ਚ ਮੈਂ ਜੇ ਕਹਾਂ ਵੀ ਹਾਂ ਸਵੇਰੇ ਹੀ ਸਾਰਾ ਕੁਛ ਠੀਕ ਹੋ ਜਾਣਾ, ਉਹਦੀ ਮੈਨੂੰ ਆਸ ਘੱਟ ਲੱਗਦੀ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਕਿ ਇੰਨੀ ਛੇਤੀ ਨਹੀਂ ਮਸਲਾ, ਪਰ ਚਲੋ ਅਦਾਲਤ ਦੇ ਵਿੱਚ ਜਾਣਾ ਹਰ ਇੱਕ ਬੰਦੇ ਦਾ ਹੱਕ ਹੈ, ਅਤੇ ਬੰਦਾ ਅਦਾਲਤ ਦੇ ਵਿੱਚ ਜਦੋਂ ਜਾਂਦਾ ਤਾਂ ਸਾਨੂੰ ਫਿਰ ਉਡੀਕ ਕਰਨੀ ਚਾਹੀਦੀ ਹੈ ਕਿ ਮਾਣਯੋਗ ਜੱਜ ਸਾਹਿਬਾਨ ਅਤੇ ਮਾਣਯੋਗ ਅਦਾਲਤਾਂ ਉਹਦੇ ਬਾਬਤ ਕੀ ਕਹਿੰਦੀਆਂ। ਦੂਸਰੇ ਪਾਸੇ ਸੰਧਾਲੀਆ ਸਾਹਿਬ, ਵਿੱਤ ਇੱਕ ਬਹੁਤ ਵੱਡਾ ਮੁੱਦਾ ਹੈ, ਚਾਹੇ ਕੋਈ ਆਮ ਵਿਅਕਤੀ ਹੈ ਉਹਦੀ ਜੇਬ ਦੇ ਵਿੱਚ ਪੈਸੇ ਕਿੰਨੇ ਆ ਰਹੇ ਹੈ, ਉਹਦੀ ਆਮਦਨ ਕਿੰਨੀ ਹੈ, ਉਹਦਾ ਖਰਚ ਕੀ ਹੈ। ਜੇ ਤਾਂ ਆਮਦਨ ਚਾਹੇ 1 ਰੁਪਈਆ ਵੀ ਵੱਧ ਹੈ, ਖਰਚ ਘੱਟ ਹੈ, 1 ਰੁਪਈਆ ਵੀ ਬਚਦਾ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਵਾਧੇ ਵਾਲੀ ਸਥਿਤੀ ਹੈ। ਪਰ ਦੂਸਰੇ ਪਾਸੇ ਜੇ ਆਪਾਂ ਇਹ ਦੇਖੀਏ ਕਿ ਖਰਚ ਵੱਧ ਹੈ ਅਤੇ ਆਮਦਨ ਘੱਟ ਹੈ, ਅਸੀਂ ਕਰਜ਼ਾ ਲੈ ਕੇ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ, ਅਤੇ ਉਹਦੇ ਤੋਂ ਮਾੜੀ ਸਥਿਤੀ ਕੋਈ ਨਹੀਂ। ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਵਾਰ ਵਾਰ ਇਹੀ ਕਹਿੰਦੇ ਆ ਕਿ ਖਜ਼ਾਨੇ 'ਚ ਪੈਸੇ ਬੜੇ ਆ, ਖਜ਼ਾਨਾ ਖਾਲੀ ਨਹੀਂ ਹੈਗਾ, ਖਜ਼ਾਨਾ ਭਰਨਾ ਸਾਨੂੰ ਆਉਂਦਾ। ਪਰ ਜਦੋਂ ਕੇਂਦਰ ਸਰਕਾਰ 10,000 ਕਰੋੜ ਰੁਪਈਏ ਦੇ ਫੰਡ ਰੋਕਦੀ ਹੈ, ਉਦੋਂ ਥੋੜ੍ਹਾ ਜਿਹਾ ਕੰਮ ਔਖਾ ਜਾਪਦਾ ਹੁੰਦਾ, ਵਾਰ ਵਾਰ ਜਦੋਂ ਜਾ ਕੇ ਮੀਟਿੰਗਾਂ ਕਰਨੀਆਂ ਪੈਂਦੀਆਂ ਕਿ ਸਾਡਾ ਬਣਦਾ ਹੱਕ ਦਿਓ। ਹੁਣ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੇ ਆ, ਅਤੇ ਕਮਾਲ ਦੀ ਗੱਲ ਦੱਸਦੇ ਆ, ਉਹ ਕਹਿੰਦੇ ਜੀ 300 ਤੋਂ ਵੱਧ ਫਰਮਾਂ ਨੇ ਪੰਜਾਬ 'ਚ, ਕੰਪਨੀਆਂ, ਕੁਝ ਕੇਂਦਰ ਦੇ ਵਿੱਚ ਰਜਿਸਟਰਡ ਨੇ, ਕੁਝ ਪੰਜਾਬ 'ਚ। ਉਹਨਾਂ ਨੇ ਕਹਿੰਦੇ 4,000 ਕਰੋੜ ਰੁਪਈਏ ਤੋਂ ਵੀ ਵੱਧ ਦੇ ਫਰਜ਼ੀ ਬਿੱਲ ਤਿਆਰ ਕੀਤੇ ਸੇਲ ਪਰਚੇਜ਼ ਦੇ, ਕਿ ਅਸੀਂ ਇੰਨੀਆਂ ਚੀਜ਼ਾਂ ਖਰੀਦ ਲਈਆਂ, ਅਸੀਂ ਇੰਨੀਆਂ ਚੀਜ਼ਾਂ ਵੇਚ ਦਿੱਤੀਆਂ, ਨਾ ਚੀਜ਼ ਖਰੀਦੀ ਨਾ ਵੇਚੀ, ਉਹਦੇ ਵਿੱਚੋਂ ਟੈਕਸ ਚੋਰੀ ਕਰਕੇ, ਏੜ ਗੇੜ ਕਰਕੇ, ਕਿਉਂਕਿ ਜੁਗਾੜ ਕਰਨਾ ਆਉਂਦਾ ਸੀ। ਹੁਣ ਉਹ ਕਹਿੰਦੇ ਜੀ ਉਹਨਾਂ ਮੁਕੱਦਮਾ ਕਰਕੇ 11 ਬੰਦੇ ਗ੍ਰਿਫਤਾਰ ਕਰ ਲਏ ਆ, ਸਾਰੀਆਂ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਆ, 100 ਕਰੋੜ ਰੁਪਈਏ ਦੇ ਆਸ ਪਾਸ ਦੀ ਰਕਮ ਜਿਹੜੀ ਆ ਜੁਰਮਾਨੇ ਦੇ ਤੌਰ ਦੇ ਉੱਤੇ ਕੀਤੀ ਗਈ ਹੈ। ਅੰਮ੍ਰਿਤਸਰ ਦੀ ਇੱਕ ਫਰਮ ਨੇ ਤਾਂ ਸੋਨੇ ਦੀ ਖਰੀਦ ਵੇਚ ਦੇ ਵਿੱਚ ਇਹ ਜਿਹੜੇ ਜਾਲੀ ਬਿੱਲਾਂ ਦੇ ਰਿਕਾਰਡ ਹੀ ਤੋੜ ਦਿੱਤੇ ਸੰਧਾਲੀਆ ਸਾਹਿਬ। ਤੇ ਜਿਹੜੀਆਂ ਬਹੁਤੀਆਂ ਫਰਮਾਂ ਪੰਜਾਬ ਦੇ ਵਿੱਚ ਰਜਿਸਟਰਡ ਹੈ ਉਹ ਲੁਧਿਆਣੇ ਤੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਨੇ। ਹੁਣ ਆਪਾਂ ਪਹਿਲਾਂ ਵੀ ਕਈ ਵਾਰੀ ਕਹਿੰਦੇ ਸੀ ਕਿ ਸੂਬੇ ਨੂੰ ਆਮਦਨ ਦੇ ਸਰੋਤ ਵਧਾਉਣੇ ਚਾਹੀਦੇ ਆ, ਬਿਜਲੀ ਚੋਰੀ ਰੋਕੋ, ਟੈਕਸ ਚੋਰੀ ਰੋਕੋ, ਲੂਪ ਹੋਲ ਲੱਭੋ, ਕਮਜ਼ੋਰੀਆਂ ਦੂਰ ਕਰੋ। ਤੇ ਜੇ ਤਾਂ ਪੰਜਾਬ ਸਰਕਾਰ ਇਸੇ ਤਰੀਕੇ ਕੰਮ ਕਰਦੀ ਰਹੀ, ਜੇ ਬਿਲਕੁਲ ਇਮਾਨਦਾਰੀ ਦੇ ਨਾਲ ਇਹ ਕੰਮ ਕੀਤਾ ਗਿਆ, ਹੋਰ ਵੀ ਬੰਦੇ ਬਹੁਤ ਹੋਣਗੇ ਜਿਹੜੇ ਕਰੋੜਾਂ ਰੁਪਈਏ ਦੀ ਹੇਰਾਫੇਰੀ ਟੈਕਸਾਂ ਦੇ ਵਿੱਚੋਂ ਕਰਦੇ ਹੋਣੇ ਆ। ਜੇ ਚੀਮਾ ਸਾਹਿਬ ਇਹ ਕੰਮ ਕਰਨ 'ਚ ਕਾਮਯਾਬ ਹੋ ਗਿਆ, ਜੇ ਜੁਰਮਾਨਾ ਵਸੂਲ ਕਰ ਲੈਣਗੇ ਤਾਂ ਵਧੀਆ ਗੱਲ ਹੈ। ਪਰ ਪਹਿਲਾਂ ਕਦੋਂ ਕੁ ਦੀਆਂ ਇਹ ਫਰਮਾਂ ਇਹ ਸਾਰਾ ਕੁਛ ਕਰਦੀਆਂ ਸੀ, ਪਹਿਲਾਂ ਕਿਸੇ ਨੂੰ ਚੇਤਾ ਕਿਉਂ ਨਾ ਆਇਆ ਜਿੱਥੇ ਟੈਕਸ ਦੀ ਚੋਰੀ ਹੁੰਦੀ ਸੀ ਉੱਥੇ ਕਿਹੜਾ ਕਿਹੜਾ ਅਧਿਕਾਰੀ ਤੈਨਾਤ ਸੀ? ਕਿਉਂਕਿ ਮੰਨ ਲਓ ਜੇ ਟੈਕਸੇਸ਼ਨ ਵਿਭਾਗ ਦੇ ਵਿੱਚ, ਕਰ ਤੇ ਆਬਕਾਰੀ ਵਿਭਾਗ ਦੇ ਵਿੱਚ ਕੋਈ ਬੰਦਾ ਲੁਧਿਆਣੇ ਲੱਗਿਆ ਅਫਸਰ,
ਕੋਈ ਮੰਡੀ ਗੋਬਿੰਦਗੜ੍ਹ ਲੱਗਿਆ, ਕੋਈ ਬਠਿੰਡੇ ਲੱਗਿਆ, ਉਸ ਬੰਦੇ ਨੂੰ ਉਸ ਅਫਸਰ ਨੂੰ ਤਨਖਾਹ ਸੰਧਾਲੀਆ ਸਾਹਿਬ ਇਸ ਗੱਲ ਦੀ ਮਿਲਦੀ ਹੈ ਕਿ ਉਹਨੇ ਟੈਕਸ ਪ੍ਰੋਪਰ ਵਸੂਲਣਾ ਅਤੇ ਟੈਕਸ ਚੋਰੀ ਰੋਕਣੀ ਹੈ। ਅਤੇ ਜੇ ਪਿਛਲੇ ਕਈ ਵਰ੍ਹਿਆਂ ਤੋਂ ਟੈਕਸ ਚੋਰੀ ਨਹੀਂ ਰੋਕ ਸਕੇ ਤਾਂ ਇਹਦਾ ਮਤਲਬ ਕਿ ਕੌਣ ਕਿਹਦੇ ਨਾਲ ਰਲਿਆ ਇਹ ਪਤਾ ਲਾਉਣਾ ਜ਼ਰੂਰੀ ਹੈ। ਦੇਖੋ ਬਾਠ ਸਾਹਿਬ, ਇੱਕ ਮੈਂ ਬੇਨਤੀ ਕਰਾਂ ਵੀ ਜੇ 300 ਤੋਂ ਵੱਧ ਫਰਮਾਂ ਨੇ ਅਤੇ 4,000 ਕਰੋੜ ਤੋਂ ਵੱਧ ਆਪਾਂ ਕਹਿੰਦੇ ਹਾਂ ਵੀ ਬਿੱਲਾਂ ਬੁੱਲਾਂ ਦਾ ਹਿਸਾਬ ਕਿਤਾਬ ਆ, ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਫਰਮ ਨੇ ਕੋਈ ਆਪਣੇ ਹਿਸਾਬ ਨਾਲ 10-12 ਕਰੋੜ ਦਾ ਤੇ ਕੋਈ ਨਾ ਕੋਈ ਹਿਸਾਬ ਤਾਂ ਬਣਾਇਆ ਹੋਊਗਾ ਵੀ ਯਾਰ ਇੰਨੇ ਕੁ ਦਾ ਸੌਦਾ ਇੱਧਰੋਂ ਉੱਧਰ ਅਤੇ ਉੱਧਰੋਂ ਉੱਧਰ ਆਪਾਂ ਕਰ ਲੈਂਦੇ ਹਾਂ, ਫਿਰ ਉਸ ਹਿਸਾਬ ਨਾਲ ਉਹਦੇ ਵਿੱਚੋਂ ਆਪਣਾ ਜੁਗਾੜ ਆਪਾਂ ਬਣਾ ਲਾਂਗੇ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਇੱਕ ਆਮ ਬੰਦਾ ਨਾ ਸਾਰੀ ਉਮਰ ਲੱਗਾ ਰਹੇ ਅਤੇ ਉਹ ਇੰਨੇ ਕੁ ਪੈਸੇ 5-7-10 ਕਰੋੜ ਹੀ ਕਿਤੇ ਉਹਦੀ ਤਨਖਾਹ ਤਨਖੂਹ ਬਣਦੀ ਜਿਹੜੀ ਕਿ ਉਹਨੇ ਸਾਰੀ ਉਮਰ ਬੰਦੇ ਨੂੰ ਮਿਲਦੀ ਆ, ਜਿਹੜੀ ਉਹ ਜੋੜਦਾ, ਜਿਹੜੀ ਉਹ ਖਾਂਦਾ ਕਮਾਉਂਦਾ, ਭਾਵੇਂ ਤੁਸੀਂ ਟੱਬਰ ਦੇ ਹਿਸਾਬ ਨਾਲ ਜੋੜ ਲਓ। ਅਤੇ ਜੇ ਮੰਨ ਲਓ ਵੀ ਇਸੇ ਪੰਜਾਬ ਦੇ ਵਿੱਚ ਜਿਹੜੇ ਜੀ ਸਰਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਰੋਜ਼ ਉੱਥੇ ਜਾ ਕੇ ਰੋਂਦੇ ਨੇ ਵੀ ਯਾਰ ਸਾਡੇ ਪੈਸੇ ਨਹੀਂ ਦਿੰਦੇ ਕੇਂਦਰ ਵਾਲੇ, ਸਾਡੇ ਕੋਲ ਪੈਸੇ ਨਹੀਂ, ਅਸੀਂ ਕਰੀਏ ਕੀ। ਜੇ ਆਪਾਂ ਤਨਖਾਹਾਂ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਕਈ ਮੁਲਾਜ਼ਮ ਜਥੇਬੰਦੀਆਂ ਵਿਚਾਰੀਆਂ ਧਰਨੇ 'ਤੇ ਬੈਠੀਆਂ ਹੁੰਦੀਆਂ ਵੀ ਮਾਰੇ ਪੈਸੇ ਨਹੀਂ ਮਿਲਦੇ। ਜੇ ਆਪਾਂ ਪੈਨਸ਼ਨ ਵਾਲਿਆਂ ਦੀ ਗੱਲ ਕਰਦੇ ਤਾਂ ਉਹ ਕਹਿੰਦੇ ਯਾਰ ਪੈਨਸ਼ਨ ਟਾਈਮ 'ਤੇ ਨਹੀਂ ਆਉਂਦੀ, ਕਰੀਏ ਤਾਂ ਕਰੀਏ ਕੀ। ਜਿੱਥੇ ਯਾਨੀ ਕਿ ਲੋਕਾਂ ਦੇ ਲਈ ਪੈਸਾ ਸਰਕਾਰ ਨੇ ਖਰਚਣਾ, ਉੱਥੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਆ ਨਹੀਂ ਰਿਹਾ। ਅਤੇ ਜਿੱਥੋਂ ਸਰਕਾਰ ਨੂੰ ਪੈਸਾ ਆਉਣਾ ਉੱਥੇ ਜਦੋਂ ਇਹੋ ਜਿਹੇ ਬੰਦੇ ਧੁਰੰਦਰ ਬੈਠੇ ਹੋਣਗੇ ਵੀ ਕਿੱਥੇ ਕਿਹੜੀ ਗੇਮ ਕਿੱਧਰੋਂ ਘੁਮਾਈ ਜਾ ਸਕਦੀ ਹੈ, ਕਿੱਥੇ ਕਿਹੜੀ ਗੇਮ ਕਿੱਧਰੋਂ ਚਲਾਈ ਜਾ ਸਕਦੀ ਹੈ, ਅਤੇ ਕਾਗਜ਼ੀ ਪੱਤਰੀ ਗੇਮਾਂ ਘੁਮਾਉਣ ਤੋਂ ਬਾਅਦ ਆਪਾਂ ਆਪਣੇ ਹਿਸਾਬ ਨਾਲ ਆਪਣਾ ਢਿੱਡ ਭਰ ਲੈਂਦੇ ਹਾਂ। ਮੈਂ ਬੇਨਤੀ ਕਰਾਂ ਵੀ ਜੇ ਤੇ ਇਹ ਸਿਰਫ ਲਾਇਸੈਂਸ ਰੱਦ ਕਰਕੇ ਸਾਰ ਦੇਣਾ ਸਰਕਾਰ ਨੇ ਤੇ ਫਿਰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਇੱਕ ਕੰਪਨੀ ਬਣਾਉਣ ਤੇ, ਫਰਮ ਬਣਾਉਣ ਤੇ ਜੇ ਕਾਗਜ਼ਾਂ 'ਚ ਅਗਲੇ ਇੰਨਾ ਕੁਛ ਕਰਦੇ, ਕਾਗਜ਼ਾਂ 'ਚ 4 ਕੰਪਨੀਆਂ ਬਣਾਉਣ ਤੇ ਕਿੰਨਾ ਖਰਚਾ ਚੱਲਿਆ, ਇੱਥੇ ਕਿਹੜਾ ਕਿ ਵੀ ਕੋਈ ਨਵਾਂ ਨਰਮੇ ਦਾ ਬੀਜ ਲਿਆਉਣਾ ਵੀ ਹਾਂ ਯਾਰ ਪਹਿਲਾਂ 4 ਕਿੱਲੇ ਲਵਾਂਗੇ, ਫਿਰ ਨਰਮੇ ਦਾ ਬੀਜ ਲਿਆਵਾਂਗੇ, ਫਿਰ ਗੁਲਾਬੀ ਸੁੰਡੀ ਕਦੀ ਚਿੱਟੀ ਮੱਖੀ ਕਦੀ ਹੋਰ ਕਈ ਕੁਛ ਤੋਂ ਬਚਾਂਗੇ, ਫਿਰ ਜਾ ਕੇ ਕਿਤੇ ਰੇਟ ਆਉਣਾ, ਇੱਥੇ ਤਾਂ ਸਾਰਾ ਕੁਛ ਕਾਗਜ਼ੀ ਪੱਤਰੀ। ਸੋ ਮੈਂ ਬੇਨਤੀ ਕਰਾਂ ਵੀ ਜੇ ਤੇ ਚੀਮਾ ਸਾਹਿਬ ਨੇ ਇਹ ਸਾਰਾ ਕੁਛ ਲੱਭਿਆ, ਪਹਿਲੀ ਗੱਲ ਤਾਂ ਉਹਨਾਂ ਨੂੰ ਵਧਾਈ, ਨਾਲ ਦੇ ਅਫਸਰਾਂ ਨੂੰ ਵਧਾਈ, ਪਰ ਇੱਕ ਗੱਲ ਤਾਂ ਇਹ ਹੋਊਗੀ ਵੀ ਇਹਨੂੰ ਕੰਟੀਨਿਊ ਰੱਖਿਓ ਵੀ ਹੋਰ ਕਿਹੜੇ ਕਿਹੜੇ ਬੰਦੇ ਨੇ ਅਤੇ ਗਾਂਹ ਕੋਈ ਇਹੋ ਜਿਹਾ ਕੁਛ ਨਾ ਕਰੇ। ਅਤੇ ਦੂਜਾ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਹੁੰਦੇ ਵੀ ਸਜ਼ਾ ਘੱਟੋ ਘੱਟ ਮਿਸਾਲੀ ਹੋਵੇ ਅਗਲੇ ਨੂੰ, ਵੀ ਪਤਾ ਲੱਗ ਜੇ ਜੇ ਲਾਗੇ ਇੱਕ ਫਰਮ ਵਾਲੇ ਨੂੰ ਪਤਾ ਸੀ ਵੀ ਯਾਰ ਅਸੀਂ ਤਾਂ ਠੀਕ ਕੰਮ ਕਰਦੇ ਹਾਂ, ਨਾਲ ਦਾ ਜਿਹੜਾ ਯਾਰ ਹੇਰਾਫੇਰੀ ਕਰਦਾ ਇਹਨੂੰ ਤਾਂ ਕੋਈ ਕੁਛ ਕਹਿੰਦਾ ਨਹੀਂ, ਉਹਨੂੰ ਕਹੋ ਇਹੋ ਜਿਹਾ ਵੀ ਅਗਲੀ ਵਾਰ ਤੋਂ ਨਾਲ ਦੇ 10-15 ਵੀ ਸੋਚਣ, ਜਿਹਨੂੰ ਕਿਸੇ ਦੇ ਦਿਮਾਗ 'ਚ ਵੀ ਆਉਂਦਾ ਉਹ ਵੀ ਸੋਚੇ ਵੀ ਨਾ ਯਾਰ ਇਸ ਕੰਮ ਵਾਲੇ ਪਾਸੇ ਨਹੀਂ ਜਾਣਾ, ਹੋਰ ਜੋ ਮਰਜ਼ੀ ਕਰ ਲਓ। ਸੰਧਾਲੀਆ ਸਾਹਿਬ, ਇਹਦੇ ਤੋਂ ਪਹਿਲਾਂ ਕਿ ਮੈਂ DAP ਖਾਦ ਦੇ ਮੁੱਦੇ 'ਤੇ ਆਵਾਂ, ਜਿੰਕ ਦੇ ਮੁੱਦੇ 'ਤੇ ਆਵਾਂ, ਇਹਦੇ ਤੋਂ ਪਹਿਲਾਂ ਕਿ ਬਠਿੰਡੇ ਰਿਫਾਇਨਰੀ ਵਾਲੀ ਗੱਲ ਕਰਾਂ, ਮੈਂ ਇੱਕ ਦਿਲਚਸਪ ਜਿਹੀ ਗੱਲ ਤੁਹਾਨੂੰ ਸੁਣਾਉਣਾ। ਇੱਕ ਮੀਡੀਆ ਅਦਾਰੇ ਨੇ ਨਾ ਸਟਿੰਗ ਓਪਰੇਸ਼ਨ ਕੀਤਾ ਬਿਹਾਰ ਦੇ ਇੱਕ ਪਿੰਡ ਦਾ, ਪਿੰਡ ਦਾ ਨਾਂ ਕਾਹਨੂੰ ਲੈਣਾ, ਬਿਹਾਰ ਦੇ ਇੱਕ ਪਿੰਡ ਦਾ ਸਟਿੰਗ ਓਪਰੇਸ਼ਨ ਕੀਤਾ ਅਤੇ ਕਹਿੰਦੇ ਜੇ ਉੱਥੇ ਜਾ ਗਏ ਤਾਂ ਕਹਿੰਦੇ ਡਿਗਰੀ ਬਣਾਉਣੀ ਆ, ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਹੈ, ਜਾਣੀ ਬੰਦਾ ਸਵੇਰੇ ਅਨਪੜ੍ਹ ਜਾਵੇ ਉਸ ਪਿੰਡ 'ਚ ਤਕਾਲਾਂ ਤੱਕ ਗ੍ਰੈਜੂਏਟ ਹੋ ਕੇ ਮੁੜਦਾ। ਉਹ ਕਹਿੰਦੇ ਜੀ ਕੋਈ ਗੱਲ ਹੀ ਨਹੀਂ। ਉਹ ਬੰਦੇ ਨੂੰ ਅੰਦਰ ਲੈ ਗਏ, ਅੰਦਰ ਲਿਜਾ ਕੇ ਉਹਨਾਂ ਨੇ ਮੋਹਰਾਂ ਰੱਖੀਆਂ ਸੀ ਇੱਕ ਡੱਬੇ ਦੇ ਵਿੱਚ ਸੀਲਾਂ ਰੱਖੀਆਂ ਸੀ ਅਤੇ ਰੇਟ ਦੱਸ ਦਿੱਤਾ ਉਹਨਾਂ ਨੇ। ਕਹਿੰਦੇ ਜੇ MA ਦੀ ਡਿਗਰੀ ਲੈਣੀ ਤਾਂ ਆਹ ਰੇਟ ਹੈ, BA ਦੀ ਡਿਗਰੀ ਲੈਣੀ ਆਹ ਰੇਟ ਹੈ, +2 ਡਿਪਲੋਮੇ ਦੀ ਆਹ ਰੇਟ ਹੈ, ਸਾਰਾ ਕੁਛ ਭਾਅ ਵੱਖੋ ਵੱਖਰਾ ਤਕਾਲਾਂ ਤੱਕ ਤਿਆਰ ਕਰਤਾ ਕੰਮ। 40 ਸਾਲ ਪਹਿਲਾਂ ਸੰਧਾਲੀਆ ਸਾਹਿਬ ਇਸ ਪਿੰਡ ਦੇ ਵਿੱਚ ਇੱਕ ਬੰਦੇ ਨੇ ਜਾਲੀ ਸਰਟੀਫਿਕੇਟ ਡਿਗਰੀ ਡਿਪਲੋਮੇ ਬਣਾਉਣ ਦਾ ਧੰਦਾ ਸ਼ੁਰੂ ਕੀਤਾ ਸੀ। ਅੱਜ 100 ਤੋਂ ਵੱਧ ਬੰਦੇ ਨੇ ਪਿੰਡ ਦੇ ਜਿਹੜੇ ਇਹੀ ਕੰਮ ਕਰਦੇ ਆ। ਅਤੇ ਜੋ ਦਾਅਵਾ ਕੀਤਾ ਗਿਆ ਰਿਪੋਰਟ ਦੇ ਵਿੱਚ, ਉਹ ਕਹਿੰਦੇ ਜੇ ਸਾਰਿਆਂ ਦੇ ਕੋਲ ਓਰਿਜਨਲ ਮੋਹਰਾਂ, ਓਰਿਜਨਲ ਲੱਗਦੀਆਂ ਸੀਲਾਂ ਅਤੇ ਜਿਹੜੇ ਕਾਗਜ਼ ਦੇ ਉੱਤੇ ਉਹ ਡਿਗਰੀ ਡਿਪਲੋਮਾ ਪ੍ਰਿੰਟ ਕਰਕੇ ਦਿੰਦੇ ਆ, ਬਿਲਕੁਲ ਹੂਬ ਹੂ ਉਹੀ ਪੇਪਰ ਆ ਜਿਹੜੇ ਪੇਪਰ ਦੀ ਵਰਤੋਂ ਯੂਨੀਵਰਸਿਟੀਆਂ ਕਰਦੀਆਂ, ਵਾਟਰਮਾਰਕ ਲਾ ਕੇ ਦਿੰਦੇ ਆ ਸੰਧਾਲੀਆ ਸਾਹਿਬ। ਇੱਦਾਂ ਨਹੀਂ
ਕਿ ਭਾਈ ਕੋਈ ਬੰਦਾ ਉਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕਮੀ ਕੱਢ ਦਊਗਾ, ਪਰ ਪੈਸੇ ਗਿਣ ਕੇ ਅਤੇ ਝਿਣਕੇ ਲੈਂਦੇ ਆ ਪਹਿਲਾਂ। ਹੁਣ ਜੇ ਬਿਹਾਰ ਵਰਗੇ ਸੂਬੇ ਦੇ ਵਿੱਚ, ਮੈਂ ਸੋਚਦਾ ਸੀ ਕਿ ਯਾਰ 12 ਦਿਨਾਂ ਦੇ ਵਿੱਚ 11 ਪੁਲ ਕਿੱਦਾਂ ਡਿੱਗ ਸਕਦੇ ਆ, ਨਹੀਂ ਡਿੱਗ ਸਕਦੇ। ਇੱਦਾਂ ਕਿੱਦਾਂ ਹੋ ਸਕਦਾ ਕਿ ਸਵੇਰੇ ਮੁੱਖ ਮੰਤਰੀ ਸਾਹਿਬ ਨੇ ਪੁਲ ਦਾ ਉਦਘਾਟਨ ਕਰਨ ਜਾਣਾ ਹੋਵੇ ਤਾਂ ਪੁਲ ਹੋਣੀ ਪਹਿਲਾਂ ਹੀ, ਜਿੱਦਾਂ ਰੇਤ ਦਾ ਨਹੀਂ ਉਹ ਨਿਆਣੇ ਬਣਾਉਂਦੇ ਹੁੰਦੇ ਵਿੱਚ ਪੈਰ ਜਿਹਾ ਫਸਾ ਕੇ ਘਰ ਜਿਹਾ ਬਣਾਉਂਦੇ ਹੁੰਦੇ ਪੈਰ ਕੱਢਦੇ ਡਿੱਗ ਪੈਂਦਾ, ਕਿ ਮੁੱਖ ਮੰਤਰੀ ਦੇ ਉਦਘਾਟਨ ਤੋਂ ਪਹਿਲੇ ਪੁਲ ਕਿੱਦਾਂ ਡਿੱਗ ਸਕਦਾ, ਉਦਘਾਟਨ ਹੁੰਦਿਆਂ ਹੀ ਦੂਜੇ ਦਿਨ ਪੁਲ ਕਿੱਦਾਂ ਡਿੱਗ ਸਕਦਾ। ਉਹ ਜਦੋਂ ਇਸ ਪਿੰਡ 'ਚ ਦੇਖਦੇ ਆ ਨਾ ਕਿ 100 ਕੁ ਘਰਾਂ ਦੇ ਵਿੱਚ ਤਾਂ 40 ਡਿਗਰੀਆਂ ਡਿਪਲੋਮਿਆਂ ਦੀਆਂ ਫੈਕਟਰੀਆਂ ਚੱਲਦੀਆਂ, ਪਿੰਡ ਬਿਹਾਰ ਦਾ ਹੀ ਹੈ, ਫਿਰ ਤਾਂ ਭਾਈ 12 ਦਿਨਾਂ 'ਚ 11 ਨਹੀਂ, 11 ਦਿਨਾਂ 'ਚ 12 ਪੁਲ ਵੀ ਡਿੱਗ ਸਕਦੇ ਆ। ਵੇਖੋ, ਇੱਕ ਮੈਂ ਬੇਨਤੀ ਕਰਾਂ ਇੱਥੇ, ਵੀ ਪਤਾ ਨਹੀਂ ਹੁਣ ਕਾਹਦੀਆਂ ਕਾਹਦੀਆਂ ਡਿਗਰੀਆਂ ਬਣਾਉਂਦੇ ਹੋਣਗੇ, ਉਹ ਜਾਣੇ ਕੋਈ ਉਹੋ ਜਿਹੀ ਬਣਾਉਂਦੇ ਹੋਣ ਜਿਹਦਾ ਕਿਸੇ ਨੂੰ ਨੁਕਸਾਨ ਨਾ ਹੋਵੇ। ਮੰਨ ਲਓ ਵੀ ਕੋਈ ਬੰਦਾ ਸੀ, ਉਹਨੇ ਕੋਈ ABCD ਨੌਕਰੀ ਕਰ ਲਈ, ਜੀ ਮੈਂ ਉੱਥੇ ਡਰਾਈਵਰ ਲੱਗਣਾ, ਜੀ ਮੈਂ ਉੱਥੇ ਕਿਤੇ ਮਾੜਾ ਮੋਟਾ ਕਲਰਕ ਲੱਗਣਾ, ਜੀ ਜਾਂ ਮੈਂ ਹੋਰ ਕੁਛ ਨਹੀਂ ਤੇ ਕੋਈ ਛੋਟਾ ਮੋਟਾ ਮਾਸਟਰ ਹੀ ਲੱਗਣਾ ਸੀ। ਮੈਂ ਨਹੀਂ ਆਉਂਦਾ ਵੀ ਉਹ ਬੰਦੇ ਬਿਲਕੁਲ ਹੀ ਨਹੀਂ ਪੜ੍ਹਨ ਵਾਲੇ, ਜਾਂ ਇਹ ਇਹਨਾਂ ਕਿੱਤਿਆਂ ਨੂੰ ਕਰਨ ਵਾਲੇ ਲੋਕਾਂ ਦਾ 40 ਡਿਗਰੀ ਨਾਲ ਸਰ ਜਾਂਦਾ। ਮੈਂ ਸਿਰਫ਼ ਇੱਕ ਉਦਾਹਰਨ ਦਿੱਤੀ ਵੀ ਇੱਥੇ ਕਿਸੇ ਦੀ ਮੌਤ ਨਹੀਂ ਹੋਣੀ। ਮੰਨ ਲਓ ਵੀ ਇਹੋ ਜਿਹੀ ਕੋਈ ਡਿਗਰੀ ਕਿਸੇ ਦੀ ਡਾਕਟਰੀ ਵਾਲੇ ਖੇਤਰ 'ਚ ਬਣਾ ਦਿੱਤੀ, ਮੰਨ ਲਓ ਕੋਈ ਲੈਬ ਟੈਕਨੀਸ਼ੀਅਨ ਬਣਾ ਤਾ, ਕੋਈ ਡਾਕਟਰ ਦੇ ਨਾਲ ਲੱਗਣ ਵਾਲਾ ਜਿਹੜਾ ਹੈਲਪਰ ਹੋਰ ਕੋਈ ਹੁੰਦਾ ਉਹੋ ਜਿਹਾ ਕੁਛ ਨਾ ਕੁਛ ਬਣਾ ਤਾ, ਕੋਈ ਨਹੀਂ ਤਿਆ ਮੈਡੀਕਲ ਸਟੋਰ ਕਿਸੇ ਦਾ ਖੋਲ੍ਹਣ ਵਾਲਾ ਉਹਦਾ ਕੋਈ ਕਾਗਜ਼ ਬਣਾ ਤਾ। ਤੁਸੀਂ ਦੇਖੋ ਵੀ ਜੇ ਉਹੋ ਜਿਹੇ ਕੇਸ ਦੇ ਵਿੱਚ ਕਿਤੇ ਕੋਈ ਹੈ ਆ ਕਹਾਣੀ, ਕਿਉਂਕਿ 40 ਸਾਲ ਹੋ ਗਿਆ ਅਤੇ ਮੈਨੂੰ ਇਹ ਪੂਰਾ ਯਕੀਨ ਆ ਵੀ 40 ਸਾਲਾਂ 'ਚ ਡੈਫੀਨੇਟਲੀ ਇਹਨਾਂ ਫੀਲਡਾਂ ਦੀਆਂ ਡਿਗਰੀਆਂ ਵੀ ਅਗਲਾ ਨੇ ਬਣਾ ਕੇ ਦਿੱਤੀਆਂ ਹੋਣਗੀਆਂ। ਅਤੇ ਜੇ ਬਿਹਾਰ ਜਾਂ ਬਿਹਾਰ ਤੋਂ ਬਾਹਰ ਜਾ ਕੇ ਅਗਲਾ ਦੀ ਡਿਗਰੀ ਚੱਲ ਗਈ ਆ, ਅਗਲਾ ਉਦੋਂ ਬਾਅਦ ਕੰਮ 'ਤੇ ਵੀ ਲੱਗਾ ਅਤੇ ਕੰਮ ਵੀ ਇਹੋ ਜਿਹਾ ਜਿਹਦੇ 'ਚ ਕਿਸੇ ਦੀ ਜਾਨ ਜਾ ਸਕਦੀ ਜਾਂ ਜ਼ਿੰਦਗੀ ਭਰ ਦੇ ਲਈ ਅਗਲਾ ਬੰਦਾ ਅਪਾਹਜ ਹੋ ਸਕਦਾ। ਤੁਸੀਂ ਆਪ ਸੋਚੋ ਵੀ ਆਪਾਂ ਚਾਹ ਕਿਹੜੇ ਪਾਸੇ ਨੂੰ ਆਏ, ਬਿਲਕੁਲ ਇੱਦਾਂ ਨਹੀਂ ਲੱਗਦਾ ਵੀ ਅਗਲਿਆਂ ਨੇ ਐਂ ਪੂਰੀ ਫੁੱਲ ਟਾਪ ਗੇ ਪਾ ਕੇ ਅਤੇ ਰੇਲ ਛੱਡ ਦਿੱਤੀ ਆ ਅਤੇ ਡਰਾਈਵਰ ਉੱਤਰ ਗਿਆ, ਉਹ ਕਹਿੰਦੇ ਵੀ ਕੋਈ ਨਹੀਂ ਹੁਣ ਵੇਖੋ ਕਿੱਥੇ ਜਾ ਕੇ ਵੱਜਦੀ ਹੈ। ਇੱਕ ਨਾ ਸੰਧਾਲੀਆ ਸਾਹਿਬ, ਇੱਕ ਤਾਂ ਹੁੰਦਾ ਕਿ ਚੋਰੀ ਲੁੱਕ ਕੇ ਚੁੱਪ ਚਪੀਤੇ ਇਹ ਕੰਮ ਹੁੰਦਾ, ਮੰਡੀ 'ਚ ਵੜੀਏ 20 ਜਣੇ ਵਾਜਾਂ ਮਾਰਦੇ ਹੁੰਦੇ ਨਾ ਕਿ ਭੈਣ ਜੀ ਆ ਜਾਓ ਆਲੂ ਸਸਤੇ ਲਾਇਆ, ਭੈਣ ਜੀ ਟਮਾਟਰ ਲੱਗੇ ਭਾਅ, ਭੈਣ ਜੀ ਖਰਾ ਅਦਰਕ ਖਰਾ ਹੈ ਬਿਲਕੁਲ, ਤੁਸੀਂ ਦੇਖੋ ਸਹੀ ਮਹਿਕ ਕਿੱਦਾਂ ਆਉਂਦੀ ਹੈ। ਉਹ ਕਹਿੰਦੇ ਪਿੰਡ ਦੇ ਵਿੱਚ ਜਾਓ ਤਾਂ ਹਰ ਇੱਕ ਬੰਦਾ ਪੁੱਛਦਾ ਡਿਗਰੀ ਬਣਾਉਣੀ ਹੈ, ਡਿਪਲੋਮਾ ਚਾਹੀਦਾ, 12ਵੀਂ ਗ੍ਰੈਜੂਏਸ਼ਨ ਪਹਿਲੇ ਦਰਜੇ ਦੀ, ਇੱਦਾਂ ਵਾਜਾਂ ਮਾਰਦੇ ਹੈ। ਇਹਦਾ ਮਤਲਬ ਹੈ ਕਿ ਉੱਪਰ ਤੱਕ ਸੈਟਿੰਗ ਹੋਣੀ ਹੈ ਜਿਹੜਾ ਅਗਲੇ ਨੂੰ ਡਰ ਡੁੱਕਰ ਕਿਸੇ ਦਾ ਨਹੀਂ। ਚਲੋ ਆਪਾਂ ਬਿਹਾਰ ਤੋਂ ਸਿੱਧਾ ਪੰਜਾਬ ਵਾਲੇ ਪਾਸੇ ਨੂੰ ਆਉਂਦੇ ਹਾਂ। ਆਪਾਂ DAP ਖਾਦ ਦਾ ਜ਼ਿਕਰ ਕੀਤਾ ਸੀ ਪਿਛਲੇ ਦਿਨ ਕਿ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਜਿਹੜੀਆਂ ਨੇ, ਕੋਆਪਰੇਟਿਵ ਸੋਸਾਇਟੀਜ਼, ਉਹਨਾਂ ਦੇ ਰਾਹੀਂ ਬਹੁਤ ਸਾਰੇ ਛੋਟੇ ਮੱਧ ਵਰਗੀ ਵੱਡੇ ਕਿਸਾਨ ਜਿਹੜੇ ਆ ਉਹ DAP ਯੂਰੀਆ ਖਾਦ ਖਰੀਦਦੇ ਆ, ਅਤੇ ਕੋਆਪਰੇਟਿਵ ਸੋਸਾਇਟੀਆਂ ਤੋਂ ਜਿਹੜੀ ਖਾਦ ਖਰੀਦੀ ਸੀ ਕਿਸਾਨਾਂ ਨੇ ਉਹਦੇ 40 'ਚੋਂ 24 ਨਮੂਨੇ ਫੇਲ ਹੋ ਗਏ ਸੀ, ਹੱਥਾਂ ਪੈਰਾਂ 'ਤੇ ਪੈ ਗਈ ਸਾਰਿਆਂ ਨੂੰ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਇਹ ਗੱਲ ਆਖ ਦਿੱਤੀ, ਕਹਿੰਦੇ ਜੀ ਕਿ ਭਾਈ ਜਾਂਚ ਪੜਤਾਲ ਕਰੋ। ਚਰਚਾ ਇਹ ਚੱਲਦੀ ਸੀ ਕਿ 1-2 ਜਿਹੜੇ ਵਿੱਚ ਬੰਦੇ ਨੇ, ਅਫਸਰ ਨੇ ਵੱਡੇ, ਉਹ ਅਫਸਰ ਜਿਹੜੇ ਆ ਉਧਰਲੇ ਪਾਸੇ ਨੂੰ ਧਿਆਨ ਨਹੀਂ ਰੱਖ ਰਹੇ, ਅਫਸਰਾਂ ਦਾ ਰੁਝਾਨ ਜਿਹੜਾ ਉਹ ਦੂਜੇ ਪਾਸੇ ਜਾਪਦਾ। ਹੁਣ ਜਦੋਂ ਅਫਸਰਾਂ ਦਾ ਰੁਝਾਨ ਦੂਜੇ ਪਾਸੇ ਜਾਪਦਾ, ਦਬਾਉਣ ਦੇ ਵੀ ਯਤਨ ਕੀਤਾ, 2-4 ਜ਼ਿਲ੍ਹਿਆਂ ਤੋਂ ਨਮੂਨੇ ਲੈ ਆਉਂਦੇ, ਉਹ ਕਹਿੰਦੇ ਜੀ ਨਹੀਂ, ਖੁੱਡੀਆਂ ਸਾਹਿਬ ਨੇ ਸਾਰੇ ਪਾਸੇ ਕੰਮ ਕੀਤਾ। ਹੁਣ ਕਹਿੰਦੇ ਜੀ ਜਾਂਚ ਹੋ ਗਈ ਆ ਮੁਕੰਮਲ, ਉਹ ਕੰਪਨੀਆਂ ਜਿਹਨਾਂ 3 ਕੰਪਨੀਆਂ ਨੇ DAP ਖਾਦ ਸਪਲਾਈ ਕੀਤੀ ਸੀ, ਲਾਇਸੈਂਸ ਰੱਦ ਹੋ ਗਏ ਆ। ਮੁੱਖ ਮੰਤਰੀ ਸਾਹਿਬ ਦੇ ਟੇਬਲ ਦੇ ਉੱਤੇ ਫਾਈਲ ਪਹੁੰਚ ਗਈ ਹੈ, ਕਾਰਵਾਈ ਮੁੱਖ ਮੰਤਰੀ ਸਾਹਿਬ ਨੇ ਕਰਨੀ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਭਾਈ ਖੇਤੀਬਾੜੀ ਮੁੱਖ ਧੰਦਾ, ਕਿਸਾਨ ਅਤੇ ਖੇਤ ਮਜ਼ਦੂਰ ਦਾ ਲੱਕ ਪਹਿਲਾਂ ਹੀ ਟੁੱਟਿਆ ਪਿਆ, ਸਜ਼ਾਵਾਂ ਮਿਸਾਲੀ ਚਾਹੀਦੀਆਂ, ਜੇ ਕੇਸ ਵੀ ਕਰਨਾ ਤਾਂ ਮਜ਼ਬੂਤੀ ਨਾਲ ਕਰਨਾ ਚਾਹੀਦਾ। ਅਤੇ ਪਤਾ ਲੱਗਾ ਕਿ ਜਿੰਕ ਦੇ ਨਮੂਨੇ ਵੀ ਫੇਲ ਹੋਣ ਲੱਗ ਪਏ। ਸੰਧਾਲੀਆ ਸਾਹਿਬ, DAP ਦਾ ਮਸਲਾ ਅੱਧ ਵਿਚਾਲੇ ਜੇ। ਵੇਖੋ ਗੱਲ ਇਹ ਆ ਵਾਟਸਐਪ, ਮੈਂ ਇੱਥੇ ਬੇਨਤੀ ਕਰਾਂ ਕਿ ਵੀ
ਜਦੋਂ ਆਪਾਂ ਇਹ ਬੇਨਤੀ ਕਰਦੇ ਹੁੰਦੇ ਹਾਂ ਨਾ ਕਿ ਵੀ ਸਾਰੇ ਕੁਛ ਦੇ ਵਿੱਚ ਕਿ ਵੀ ਹਾਂਜੀ ਇਹ ਚੀਜ਼ਾਂ ਐਸੀਆਂ ਨੇ ਜੀ ਇਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਜੀ, ਇਹਨਾਂ ਨੂੰ ਠੱਲ ਨਹੀਂ ਪੈ ਰਹੀ, ਇਹ ਗੱਲ ਤਾਂ ਪੱਕੀ ਆ ਵੀ ਉਹ ਮਿਲਾਵਟ ਜੇ ਅਗਲੇ ਬੰਦੇ ਦੁੱਧ ਬਣਾ ਸਕਦੇ ਜਿਹੜਾ ਬੰਦੇ ਨੇ ਪੀਣਾ, ਅਤੇ ਪੀਣ ਤੋਂ ਬਾਅਦ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਨਕਲੀ ਸੀ ਕਿ ਅਸਲੀ ਸੀ, ਉੱਥੇ DAP ਦਾ ਅਤੇ ਜ਼ਿੰਕ ਦਾ ਕਿਹੜਾ ਕਿਸੇ ਨੂੰ ਪਤਾ ਲੱਗ ਜਾਣਾ। ਹੁਣ ਤੁਸੀਂ ਵੀ ਸ਼ਾਇਦ ਕਿਤੇ ਦੇਖਿਆ ਹੋਊਗਾ, ਮੈਂ ਇੱਥੇ ਬੇਨਤੀ ਕਰਾਂ, ਕਈ ਵਾਰਾਂ ਨਾ ਖਾਲਾ ਜਿਹੜਾ ਹੁੰਦਾ, ਖਾਲਾ ਜਾਂ ਜਿਹੜੀ ਵੱਟ ਹੁੰਦੀ ਆ ਜਦੋਂ ਕਿਤੇ ਗਿੱਲੀ ਹੋਵੇ ਨਾ, ਪਾਣੀ ਲੱਗਣ ਤੋਂ ਬਾਅਦ ਵੱਤਰ ਆਉਣ ਤੋਂ ਥੋੜ੍ਹਾ ਜਿਹਾ ਪਹਿਲਾਂ, ਉਹ ਛੋਟੇ ਛੋਟੇ ਕੀੜੇ ਕਈ ਵਾਰ ਰੁੱਢ ਜੀ ਦੇ ਵਿੱਚੋਂ ਨਾ ਨਿੱਕੀਆਂ ਨਿੱਕੀਆਂ ਗੋਲੀਆਂ ਜਿਹੀਆਂ ਕੱਢਦੇ ਹੁੰਦੇ, ਅਤੇ ਜੇ ਤੁਸੀਂ ਉਹਨੂੰ ਕਿਤੇ ਨੇੜਿਓਂ ਜਾ ਕੇ ਦੇਖੋ, ਥੋੜ੍ਹੀਆਂ ਗਿੱਲੀਆਂ, ਥੋੜ੍ਹੀਆਂ ਸੁੱਕੀਆਂ, ਬਿਲਕੁਲ DAP ਖਾਦ ਵਰਗੀਆਂ ਲੱਗਦੀਆਂ ਹੁੰਦੀਆਂ, ਅਤੇ ਕਈ ਵਾਰ ਬੰਦੇ ਦੇ ਦਿਮਾਗ ਦੇ ਵਿੱਚ ਆਉਂਦਾ ਹੁੰਦਾ ਯਾਰ ਆਹ DAP ਖਾਦ ਪਈ ਹੈ। ਹੁਣ ਜਿਹੜਾ ਬੰਦਾ ਉਹਦੇ ਪਾਉਂਦਾ ਉਹਨੂੰ ਪਤਾ ਵੀ ਯਾਰ ਖਾਦ ਪਈ, ਉਹ ਹੈ ਨਹੀਂ ਯਾਰ ਇਹ ਤਾਂ ਉਹਨੇ ਕੱਢੀ ਮਿੱਟੀ ਕੀੜੇ ਨੇ, ਅਤੇ ਜਿਹੜੇ ਬੰਦੇ ਦੇ ਦਿਮਾਗ 'ਚ ਕਾਢ ਆ ਗਈ ਵੀ ਯਾਰ ਜੇ ਇਹ ਖਾਦ ਲੱਗਦੀ ਹੈ ਮਿੱਟੀ, ਤਾਂ ਫਿਰ ਠੀਕ ਆ, ਅੱਧੀ ਪਚੱਧੀ ਖਾਦ ਅਤੇ ਅੱਧੀ ਪਚੱਧੀ ਮਿੱਟੀ ਭਰ ਦਿਓ, ਉੱਥੇ ਕਿਹੜਾ ਕੁਝ ਆ ਕੇ ਵੇਖਣ ਡਿਆ ਵੀ ਠੀਕ ਆ ਕਿ ਨਹੀਂ ਠੀਕ। ਮਤਲਬ ਕਹਿਣ ਤੋਂ ਇਹ ਆ ਵੀ ਇਹ ਜਿਹੜਾ ਕੰਮ ਆਪਣੇ ਚੱਲ ਪਿਆ ਨਾ, ਇਹ ਹੋ ਸਕਦਾ ਕਿਸੇ ਨੂੰ ਲੱਗਦਾ ਵੀ ਯਾਰ ਨਕਲੀ ਖਾਦ ਹੀ ਸੀ ਉਹਦੇ 'ਚ ਕਿਹੜੀ ਗੱਲ, ਯਾਰ ਉਹ ਨਕਲੀ ਖਾਦ ਨਹੀਂ ਸੀ ਪਹਿਲੀ ਗੱਲ, ਤੁਸੀਂ ਦੇਖੋ DAP ਖਾਦ ਕਿੰਨੀ ਮਹਿੰਗੀ ਹੈ, ਫਿਰ ਉੱਤੇ ਸਰਕਾਰ ਨੂੰ ਸਬਸਿਡੀ ਦੇਣੀ ਪੈਂਦੀ ਹੈ ਜੀ, ਇਹਦਾ ਮਤਲਬ ਇਹ ਹੋ ਗਿਆ ਵੀ ਸਰਕਾਰ ਦੀ ਸਬਸਿਡੀ ਵੀ ਅਗਲੇ ਬੰਦੇ ਖਾ ਰਹੇ ਨੇ, ਉਸ ਤੋਂ ਬਾਅਦ ਜਿਹਨੂੰ ਖਾਦ ਵੇਚ ਰਹੇ ਨੇ ਜਾਂ ਜਿਹਨੂੰ ਦੇ ਰਹੇ ਨੇ ਉਹਦੇ ਨਾਲ ਵੀ ਧੋਖਾ, ਕਿਉਂਕਿ ਉਹਨੇ ਉਹ DAP ਪਾ ਕੇ ਗਾਂ 6 ਮਹੀਨੇ 'ਤੇ ਆਪਣੇ ਨਿਆਣੇ ਪਾਲਣ ਦਾ ਪ੍ਰਬੰਧ ਕਰਨਾ। ਮਤਲਬ ਇਹ ਵੀ ਉਹਦੇ ਜੜੀ ਤੁਸੀਂ ਖਾਦ ਨਕਲੀ ਪਾ ਦਿੱਤੀ, 6 ਮਹੀਨੇ ਦੀ ਉਹਦੀ ਫਸਲ ਖਰਾਬ ਕਰਤੀ, ਉਹਨੂੰ ਖਤਮ ਕਰਤਾ, ਉਹਦੇ ਪਰਿਵਾਰ ਨੂੰ, ਟੱਬਰ ਨੂੰ, ਜੀਵ ਜੰਤੂ ਨੂੰ, ਸਾਰੇ ਕੁਛ ਨੂੰ ਖਤਮ ਕਰਤਾ, ਅਤੇ ਅਖੀਰ 'ਤੇ ਜਿਹੜੀ ਫਸਲ ਉਹਨੇ ਵੇਚ ਕੇ ਵੱਟ ਕੇ ਅਤੇ ਨਿਆਣੇ ਪਾਲਣੇ ਸੀ, ਉਹਨਾਂ ਫਸਲਾਂ ਦਾ ਅੱਗੇ ਮੁੱਲ ਨਹੀਂ ਮਿਲ ਰਿਹਾ, ਕਿਸਾਨ ਆਪਾਂ ਨੂੰ ਅੱਗੇ ਧਰਨਿਆਂ 'ਤੇ ਬੈਠੇ ਮਿਲਦੇ। ਸੋ ਇਹ ਤਾਣੀ ਜੇ ਕੋਈ ਇਹ ਕਵੇ ਵੀ ਉਰੇ ਜੇ ਆ, ਇੱਦਾਂ ਤਾਂ ਹੈ ਨਹੀਂ, ਮਸਲਾ ਬੜਾ ਗੁੰਝਲਦਾਰ ਆ। ਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਚੰਗਾ ਕੀਤਾ ਜੇ ਉਹਨਾਂ ਨੇ ਸਾਰਾ ਕੁਛ ਇੰਨੀ ਸਖਤੀ ਦੇ ਨਾਲ ਲੱਭਿਆ, ਅਤੇ ਗਾਂ ਇੱਥੇ ਵੀ ਜਿੱਦਾਂ ਮੈਂ ਅੱਗੇ ਬੇਨਤੀ ਕੀਤੀ ਸੀ ਵੀ ਉਹ ਟੈਕਸ ਵਾਲੇ ਮਾਮਲੇ ਜਾਂ ਨਕਲੀ ਬਿੱਲਾਂ ਵਾਲੇ ਮਾਮਲੇ ਦੇ ਵਿੱਚ ਸਖਤੀ ਹੋਣੀ ਚਾਹੀਦੀ ਆ, ਇੱਥੇ ਵੀ ਸਖਤੀ ਚਾਹੀਦੀ, ਅਤੇ ਇਹੋ ਜਿਹੀ ਸਖਤੀ ਚਾਹੀਦੀ ਆ ਕਿ ਅਗਲੀ ਵਾਰ ਜੇ ਕੋਈ ਬੰਦਾ ਜਿੱਦਾਂ ਬਿਹਾਰ ਦੇ ਪਿੰਡ ਜਾ ਕੇ ਪੁੱਛਦਾ ਨਾ ਵੀ ਯਾਰ ਉਹ ਬਣਾਉਣਾ ਸੀ ਆਪਾਂ ਜੁਗਾੜ, ਇੱਧਰ ਜੇ ਕੋਈ ਮੰਨ ਲਓ ਇੱਧਰ ਉੱਧਰੋਂ ਟੈਲੀਫੋਨ 'ਤੇ ਪੁੱਛੇ ਭਾਜੀ ਅਸਲੀ ਖਾਦ ਦੇ 4 ਟਰੱਕ ਅਤੇ 1/2 ਟਰੱਕ ਨਕਲੀ ਦਾ ਮਿਲ ਜੂ, ਅਤੇ ਅਗਲਾ ਬੰਦਾ ਫੋਨ ਹੀ ਕੱਟ ਜਾਵੇ, ਇੱਦਾਂ ਦਾ ਕੰਮ ਚਾਹੀਦਾ, ਫਿਰ ਭਾਵੇਂ ਸਾਰੇ ਕੁਛ 'ਤੇ ਰੋਕ ਲੱਗ ਜੇ, ਨਹੀਂ ਤਾਂ ਫਿਰ ਮੈਨੂੰ ਤਾਂ ਔਖਾ ਲੱਗਦਾ। ਕਲਾਸ ਦੇ ਵਿੱਚ ਨਾ ਜਮਾਤ ਦੇ ਵਿੱਚ ਕਈ ਵਾਰੀ ਕੋਈ ਨਿਆਣਾ ਸ਼ਰਾਰਤੀ ਹੁੰਦਾ, ਸੰਧਾਲੀਆ ਸਭ ਤੁਹਾਡੇ ਵਰਗਾ ਚੁਲਬਲਾ ਜਿਹਾ, ਉਹ ਕਈ ਵਾਰੀ ਤੁਹਾਡੇ ਵਰਗੇ ਨਿਆਣੇ ਨੂੰ ਨਾ ਕਲਾਸ 'ਚ ਚੀਕ ਮਾਰਨ ਦੀ ਆਦਤ ਹੁੰਦੀ, ਪਿੱਛੇ ਕਰ ਦੇਣਾ, ਇੱਦਾਂ ਪਤਾ ਨਹੀਂ ਲੱਗਦਾ ਹੁੰਦਾ ਕਿ ਕਿਹੜਾ, ਉਸ ਸ਼ਰਾਰਤੀ ਨਿਆਣੇ ਨੂੰ ਲੱਭ ਕੇ ਸਮਝਾਉਣਾ ਜ਼ਰੂਰੀ ਹੁੰਦਾ, ਨਾ ਤਾਂ ਸਾਰੀ ਕਲਾਸ ਨੂੰ ਘੁੱਟ ਕੇ ਫਾਇਦਾ ਹੁੰਦਾ, ਅਤੇ ਨਾ ਹਰ ਵਾਰੀ ਇਹ ਕਹਿ ਕੇ ਮੈਂ ਪੁੱਠੇ ਟੰਗ ਦੇਣੇ ਆ, ਮੈਨੂੰ ਪਤਾ ਤੁਹਾਡੇ 'ਚੋਂ ਕਿਹੜਾ, ਮੈਂ ਵੈਸੇ ਨਹੀਂ ਕੁਛ ਕਹਿੰਦਾ, ਉਹ ਬੰਦਾ ਲੱਭਣਾ ਜ਼ਰੂਰੀ ਹੈ। ਬਾਦਲ ਸਾਹਿਬ ਦੀ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ, ਦੋ ਸਰਕਾਰਾਂ ਲੰਘੀਆਂ, ਬਠਿੰਡਾ ਰਿਫਾਇਨਰੀ ਦਾ ਗੁੰਡਾ ਅਤੇ ਡੰਡਾ ਟੈਕਸ ਵਿੱਚ ਵਿਚਾਲੇ ਉੱਭਰ ਕੇ ਸਾਹਮਣੇ ਆ ਜਾਂਦਾ, ਸਰਕਾਰ ਬਦਲੀ, ਲੋਕਾਂ ਨੇ ਪ੍ਰਚੰਡ ਬਹੁਮਤ ਦਿੱਤਾ ਆਮ ਆਦਮੀ ਪਾਰਟੀ ਨੂੰ, ਗੁੰਡਾ ਡੰਡਾ ਟੈਕਸ 'ਤੇ ਹੁਣ ਕੁੱਟਮਾਰ ਦੀਆਂ ਘਟਨਾਵਾਂ ਵੀ ਸਾਹਮਣੇ ਆ ਗਈਆਂ। SSP ਸਾਹਿਬ ਦੇ ਕੋਲ 2 ਵਾਰੀ ਸ਼ਿਕਾਇਤ ਚਲੀ ਗਈ ਹੈ, ਟਰਾਂਸਪੋਰਟਰ ਔਖੇ ਬਹੁਤ ਨੇ, ਲੋਕਲ ਵਾਲੇ ਕਹਿੰਦੇ ਜੀ ਸਾਨੂੰ ਕੰਮ ਨਹੀਂ ਮਿਲਦਾ। ਹੁਣ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਟੇਬਲ ਦੇ ਉੱਤੇ ਫਾਈਲ ਪਹੁੰਚ ਗਈ, ਇਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਰਿਫਾਇਨਰੀ ਦੇ ਪ੍ਰਬੰਧਕ ਵੀ ਸੱਦ ਲਿਆ, ਇੱਕ ਮੀਟਿੰਗ ਸੱਦ ਲਈ ਹੈ। ਸੰਧਾਲੀਆ ਸਾਹਿਬ, ਇਹਦੇ 'ਤੇ ਨਜ਼ਰ ਰੱਖਣ ਦੀ ਲੋੜ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਇੰਡਸਟਰੀ ਪੰਜਾਬ 'ਚ ਆਵੇ, ਅਸੀਂ ਦੇਸ਼ ਭਰ ਦੇ ਵਿੱਚ ਜਾ ਕੇ ਵੱਡੇ ਵੱਡੇ ਜਿਹੜੇ ਉਦਯੋਗਪਤੀ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਹਾਂ, ਦੂਜੇ ਪਾਸੇ ਜਿਹੜਾ ਉਦਯੋਗ ਪੰਜਾਬ 'ਚ ਲੱਗਿਆ ਉੱਥੋਂ ਜੇ ਕੋਈ ਸਮਾਨ ਬਾਹਰ ਜਾਂਦਾ ਜਾਂ ਸਮਾਨ ਅੰਦਰ ਆਉਂਦਾ, ਅਸੀਂ ਅੰਦਾਜ਼ਾ ਨਹੀਂ ਲਾ ਰਹੇ। ਹੁਣ ਤਾਂ ਟਰਾਂਸਪੋਰਟਰ ਕਹਿ ਰਹੇ ਆ, ਹੁਣ ਤਾਂ ਬਠਿੰਡੇ ਰਿਫਾਇਨਰੀ ਆ ਰਹੇ, ਟਰਾਂਸਪੋਰਟਰਾਂ ਦੇ ਲਈ ਸੁਰੱਖਿਆ ਮੰਗ ਰਹੇ ਆ। ਜੇ ਤਾਂ ਲੋਕਲ ਅਤੇ ਵੱਡੇ ਟਰਾਂਸਪੋਰਟਰਾਂ ਦਾ ਝਗੜਾ ਤਾਂ ਵੀ ਕਾਨੂੰਨ ਦੇ ਮੁਤਾਬਕ ਮੁਕਾਇਆ ਜਾਵੇ ਰੇੜਕਾ, ਤਾਂ ਜੇ ਸੱਚੀ ਮੁੱਚੀ ਕੋਈ ਬੰਦਾ ਉਹਨਾਂ ਤੋਂ ਪੈਸੇ ਵਸੂਲਦਾ, ਗੱਲ ਇੱਧਰ ਉੱਧਰ ਦੀ ਕਰਦਾ, ਤਾਂ ਸਖ਼ਤ ਫੈਸਲਾ ਲੈਣ ਦੀ ਲੋੜ ਹੈ। ਨਹੀਂ ਤਾਂ ਲੋਕਾਂ ਨੇ ਪਿਛਲੀਆਂ ਸਰਕਾਰਾਂ ਰਗੜ ਕੇ ਰੱਖਤੀਆਂ ਸੀ, ਬਖਸ਼ਣ ਇਹ ਵੀ ਨੇਗੇ।
ਬਾਦਸ਼ਾਹ ਜੇ ਤੁਸੀਂ ਮੰਨ ਲਓ ਮੇਰੇ ਕੋਲ ਸ਼ਿਕਾਇਤ ਕਰੋ ਆਣ ਕੇ ਵੀ ਯਾਰ ਜਦੋਂ ਮੈਂ ਨਾ ਘਰੋਂ ਨਿਕਲਦਾ ਤੇ ਦਫ਼ਤਰ ਵੱਲ ਨੂੰ ਜਾਂਦਾ ਨਾ ਤੇ ਰਾਹ 'ਚ ਕੋਈ ਬੰਦਾ ਮੇਰੇ ਕੋਲੋਂ ਪੈਸੇ ਲੈ ਲੈਂਦਾ ਜੀ, ਤੇ ਅਗਲੇ ਦਿਨ ਮੈਂ ਕੀ ਆਖੂੰਗਾ ਭਲਾ, ਮੇਰਾ ਇੱਕ ਸੁਭਾਵਿਕ ਜਿਹਾ ਜਵਾਬ ਕੀ ਹੋਊਗਾ? ਨਹੀਂ, ਜਵਾਬ ਤਾਂ ਇਹੀ ਹੋਊਗਾ ਕਿ ਮੈਂ ਭਾਈ ਉਹਨੂੰ ਫੜੂੰਗਾ, ਮੈਂ ਤੇਰੇ ਨਾਲ ਚੱਲੂੰਗਾ, ਗੱਲ ਕਿਹੜੀ ਆ, ਤੇਰੇ ਕੋਲ ਪੈਸੇ ਕੋਲ ਲੈ ਕਿੱਦਾਂ ਸਕਦਾ, ਮੈਨੂੰ ਤਨਖਾਹ ਕਾਹਦੀ ਮਿਲਦੀ ਆ, ਇਹ ਕੰਮ ਰੋਕਣ ਦਾ ਮਿਲਦੀ ਹੈ ਨਾ। ਮਤਲਬ ਸਿੰਪਲ ਜੀ ਗੱਲ ਇਹ ਆ ਵੀ ਪਹਿਲੀ ਗੱਲ ਦਿਮਾਗ 'ਚ ਆਊ ਵੀ ਉੱਥੇ ਕੋਈ ਬੰਦਾ ਹੋਊਗਾ ਜਿਹੜਾ ਪੈਸੇ ਲੈਂਦਾ, ਮੇਨ ਤਾਂ ਉਹੀ ਫੜਨ ਦੀ ਲੋੜ ਆ। ਹੁਣ ਮੈਨੂੰ ਨਹੀਂ ਸਮਝ ਆਈ ਵੀ ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਆਖੀ ਜਾਂਦੇ ਵੀ ਉੱਥੇ ਕੋਈ ਯਾਰ ਟਰਾਂਸਪੋਰਟਰਾਂ ਤੋਂ ਪੈਸੇ ਲਈ ਜਾਂਦਾ, ਹੁਣ ਵਾਲੀ ਸਰਕਾਰ ਵੀ ਆਖੀ ਜਾਂਦੀ ਵੀ ਯਾਰ ਉਹਨਾਂ ਦੇ ਰਾਜ ਵੀ ਕੋਈ ਟਰਾਂਸਪੋਰਟਰਾਂ ਤੋਂ ਪੈਸੇ ਲਈ ਜਾਂਦਾ। ਕੋਈ ਇੱਦਾਂ ਦੇ ਨਹੀਂ ਕੋਈ ਰਬੋਟ ਰਬਾਟ ਬਣਾ ਰੱਖੇ ਆ, ਜਾਂ ਫਿਰ ਕਿਤੇ ਚੂਹੇ ਤੇ ਨਹੀਂ ਰਾਤ ਨੂੰ ਟਰੱਕ ਚੋਂ ਆਪਣੇ ਆਪ ਹੀ ਕੱਢ ਕੇ ਲੈ ਜਾਂਦੇ ਪੈਸੇ ਵੀ ਯਾਰ ਦਿਸਦਾ ਦੇ ਵਿਦੇਸ਼ੀ ਤਾਕਤ ਤਾਂ ਨਹੀਂ ਲਈ ਜਾਂਦੀ ਪੈਸੇ ਕੋਈ ਬਾਹਰਲੀ ਤਾਕਤ? ਮਤਲਬ ਇਹ ਮੈਂ ਤਾਂ ਇੰਨੀ ਉਦਾਹਰਨ ਦਿੱਤੀ, ਹੁਣ ਇਹਨੂੰ ਅੱਗੇ ਆਪਾਂ ਬੋਲਣਾ ਨਹੀਂ, ਕਿਉਂਕਿ ਜੇ ਕਹਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਤੇ ਜਾਂ ਟੇਬਲ ਤੇ ਪਹੁੰਚ ਗਈ ਆ ਫਾਈਲ ਤੇ ਦੇਖ ਲੈਂਦੇ ਉਹ ਕੀ ਕਰਦੇ ਨੇ, ਨਤੀਜਾ ਕੱਢਦੇ ਨੇ, ਨਹੀਂ ਤੇ ਮਹੀਨੇ ਖੰਡ ਨੂੰ ਗੱਲ ਕਲੀਅਰ ਹੋ ਹੀ ਜਾਣੀ, ਫਿਰ ਆਪਾਂ ਉਦੋਂ ਗੱਲ ਕਰਾਂਗੇ। ਫਿਲਹਾਲ ਆਪਣੇ ਜਾਣ ਦਾ ਵੇਲਾ ਹੋ ਗਿਆ ਮਹਾਰਾਜ, ਤੁਸੀਂ ਵੇਖੋ ਖੇਡਾਂ, ਫਿਰ ਹੁਣ ਚੱਲੀਏ। ਬਹੁਤ ਸ਼ੁਕਰੀਆ ਜੀ ਸੰਧਾਲੀਆ ਸਾਹਿਬ, ਮਿਹਰਬਾਨੀ, ਧੰਨਵਾਦ ਜੀ। ਤਾਂ ਜੀ ਪ੍ਰੋਗਰਾਮ ਦੀ ਸਮਾਪਤੀ ਆ, ਅਤੇ ਇਹਨਾਂ ਗੱਲਾਂ ਬਾਤਾਂ ਨੂੰ ਜੇ ਤੁਸੀਂ ਠੀਕ ਸਮਝੋ ਤਾਂ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਸਰਕਾਰਾਂ ਆਪਣਾ ਕੰਮ ਨੀਤ ਨਾ ਕਰਨ, ਦਫ਼ਤਰ ਠੀਕ ਚੱਲਣ, ਮੁਲਾਜ਼ਮ ਭਾਈਚਾਰਾ ਠੀਕ ਰਹੇ, ਅਫਸਰਾਂ ਜਿਹੜੇ ਨੇ, ਪ੍ਰਸ਼ਾਸਨ ਜਿਹੜੇ ਨੇ ਉਹ ਠੀਕ ਕੰਮ ਕਰਨ, ਤਾਂ ਜੋ ਲੋਕਾਂ ਦੀ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਸੁਖਾਲੀ ਹੋਵੇ। ਨਹੀਂ ਤਾਂ ਜਿਹਦਾ ਦਾਅ ਲੱਗਦਾ ਉਹ ਤਾਂ ਪਹਿਲਾਂ ਵੀ ਲਾਈ ਜਾਂਦਾ ਸੀ ਅਤੇ ਗਾਂਹ ਵੀ ਲੱਗੀ ਜਾਣਾ, ਅਤੇ ਫਿਰ ਲੋਕ ਵਿਚਾਰੇ ਵਿਦੇਸ਼ਾਂ 'ਚ ਧੱਕੇ ਖਾਣ ਨਹੀਂ ਰੱਖੇ ਨੇ, ਫਿਰ ਉਹਨਾਂ ਦੇ ਤਾਂ ਜੀ ਕਰਦਾ ਹੀ ਹੈ ਨਾ ਪੰਜਾਬ 'ਚ ਰਹਿਣ ਨੂੰ, ਸਾਰਾ ਕੁਛ ਠੀਕ ਦੇਖਣ ਨੂੰ। ਮਿਲਦੇ ਹਾਂ ਕੱਲ੍ਹ ਵਿਕਰਾਂ, ਫਿਰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।